जस टीवी देख रहे हो तुसीं, मैं केपी सिंह तुहाडा स्वागत करता हां। जगमेल सिंह नां ते एक शख्स दा कतल होया पंजाब दे विच, दरिंदगी हवानियत जिन्ने शब्द वरते जा सकन उन्ने थोड़े हैगे आ। जगमेल दे कतल तो बाद कई सवाल उठे आ ते उह सवालां दे विचाले सरकार तो इंसाफ की मंग, समझौते तक दे राह ते होर जथेबंदियां जिहड़ियां सारियां इकट्ठियां होईयां, इस दे विच एक शब्द आ जिहड़ा उह वार वार इकट्ठा करन दी उभारन दी कोशिश कीती गई, दलित शब्द। पर इंसानियत शब्द नूं लुकाउण दी कोशिश कीती गई, सिर्फ दलित शब्द वरत के ਕੀ ਮੁੱਦੇ ਨੂੰ ਭੜਕਾਇਆ ਤਾਂ ਨਹੀਂ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਸਵਾਲ ਵੀ ਹੈਗੇ ਆ ਕਿ ਜਿਹੜੇ ਡਾਕਟਰਾਂ ਨੇ ਇਹਨਾਂ ਦਾ ਇਲਾਜ ਕਰਨਾ ਸੀ ਜਗਮੇਲ ਸਿੰਘ ਦਾ, ਉਹਨਾਂ ਡਾਕਟਰਾਂ ਨੇ ਕੁਤਾਹੀ ਤਾਂ ਨਹੀਂ ਵਰਤੀ, ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ, ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ, ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ, ਕਿ ਉੱਥੇ ਜਿਹੜੇ ਬੈਠੇ ਸਿਆਸੀ ਆਗੂ ਸੀ ਉਹਨਾਂ ਨੇ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ, ਕਿ ਪਿੰਡ ਵਾਲੇ ਲੋਕਾਂ ਨੇ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ। ਇਹੋ ਜਿਹੇ ਬਹੁਤ ਸਾਰੇ ਸਵਾਲ ਹੈਗੇ ਆ ਜਿਨ੍ਹਾਂ ਸਵਾਲਾਂ 'ਤੇ ਚਰਚਾ ਕਰਨੀ ਬਣਦੀ ਹੈ, ਜਿਨ੍ਹਾਂ ਸਵਾਲਾਂ 'ਤੇ ਜਵਾਬ ਮੰਗਣੇ ਬਣਦੇ ਹੈਗੇ। ਇਸੇ ਕਰਕੇ ਅਸੀਂ ਸਵਾਲ ਇਹ ਪੁੱਛਾਂਗੇ, ਜਗਮੇਲ ਦੇ ਕਤਲ 'ਤੇ ਕਿਹੜੇ ਸਵਾਲ ਬਾਕੀ। ਅੱਜ ਬਹਿਸ ਕਿਉਂ ਕਰ ਰਹੇ ਹਾਂ ਜਗਮੇਲ ਕਤਲਕਾਂਡ 'ਤੇ, ਟੂ ਦਾ ਪੁਆਇੰਟ ਵਿੱਚ, ਪੁਆਇੰਟ ਟੂ ਪੁਆਇੰਟ ਤੁਹਾਨੂੰ ਦੱਸ ਦਈਏ। ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਜਗਮੇਲ ਕਤਲਕਾਂਡ ਵਿੱਚ ਇਨਸਾਫ ਲਈ ਸੰਘਰਸ਼ ਆ ਜਿਹੜਾ ਹੋਰ ਪੱਕਿਆ, ਹਾਲਾਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਅਤੇ ਪੀੜਿਤ ਪਰਿਵਾਰ ਦੇ ਵਿਚਾਲੇ ਆਪਸੀ ਸਹਿਮਤੀ ਬਣ ਗਈ ਹੈਗੀ, ਪਰ ਸੰਘਰਸ਼ ਨਹੀਂ ਰੁਕਿਆ ਹੈਗਾ। ਪੀੜਿਤ ਪਰਿਵਾਰ ਦੇ ਹੱਕ ਵਿੱਚ ਨੇਤਰੀਆਂ ਕਈ ਜਥੇਬੰਦੀਆਂ, ਸਿਆਸੀ ਵਿਰੋਧੀਆਂ ਨੇ ਸਰਕਾਰ ਘੇਰੀ ਹੈ ਅਤੇ ਪੰਜਾਬ ਸਰਕਾਰ ਸਣੇ ਸਾਰੀਆਂ ਮੁੱਖ ਸਿਆਸੀ ਧਿਰਾਂ ਦੇ ਨੁਮਾਇੰਦੇ ਪੀੜਿਤ ਪਰਿਵਾਰ ਨੂੰ ਮਿਲੇ ਆ। ਮੁੱਖ ਮੰਤਰੀ ਨੇ 3 ਮਹੀਨੇ ਵਿੱਚ ਇਨਸਾਫ ਦਿਵਾਉਣ ਲਈ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹੋਈਆਂ ਨੇ। ਸੰਗਰੂਰ ਤੋਂ ਚੰਡੀਗੜ੍ਹ ਤੱਕ ਪੀੜਿਤ ਪਰਿਵਾਰ ਦੇ ਹੱਕ ਵਿੱਚ ਰੋਸ ਧਰਨੇ ਕੀਤੇ ਗਏ, ਸੋਸ਼ਲ ਮੀਡੀਆ 'ਤੇ ਮੁਹਿੰਮ ਛੇੜੀ ਗਈ ਹੈ। SC/ST ਐਕਟ ਤਹਿਤ ਸੂਬਾ ਸਰਕਾਰ ਵੱਲੋਂ ਐਲਾਨੀ ਇਮਦਾਦ ਪੀੜਿਤ ਪਰਿਵਾਰ ਨੇ ਠੁਕਰਾ ਦਿੱਤੀ ਅਤੇ ਉਸ ਤੋਂ ਬਾਅਦ ਸਰਕਾਰ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲਿਆ। ਆਮ ਆਦਮੀ ਪਾਰਟੀ ਦੇ MP ਭਗਵੰਤ ਮਾਨ ਨੇ ਜਗਮੇਲ ਕਤਲਕਾਂਡ ਦਾ ਮਾਮਲਾ ਪਾਰਲੀਮੈਂਟ ਵਿੱਚ ਚੁੱਕਿਆ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਲਵਾਰਿਸ ਛੱਡਿਆ, ਕੇਂਦਰੀ ਗ੍ਰਹਿ ਮੰਤਰਾਲਾ ਦਖਲ ਦੇਵੇ। ਭਗਵੰਤ ਮਾਨ ਇਹ ਗੱਲ ਉੱਥੇ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ। ਸਵਾਲ ਇੱਕੋ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਜਗਮੇਲ ਕਤਲਕਾਂਡ ਤੋਂ ਬਾਅਦ ਪੰਜਾਬ ਵਿੱਚ ਬਹਿਸ ਦੀ ਦਿਸ਼ਾ ਕਿਹੜਾ ਸਿਸਟਮ ਤੈਅ ਕਰ ਰਿਹਾ। ਇਸ ਸਵਾਲ 'ਤੇ ਬਹਿਸ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨੂੰ ਤੁਹਾਡਾ ਤਾਰਫ ਕਰਾ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸੁਖਦੇਵ ਸਿੰਘ ਰੋਪੜ ਕਾਂਗਰਸ ਦੇ ਬੁਲਾਰੇ ਨੇ, ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰੇ ਆ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਤੇ ਪਰਮਜੀਤ ਸਿੰਘ ਕੈਂਥ ਪ੍ਰੈਜੀਡੈਂਟ ਨੇ ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ ਅਤੇ, ਕੈਂਥ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਰੋਪੜ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਰੋਪੜ ਸਾਹਿਬ, ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰ ਦੀ ਭੂਮਿਕਾ ਅਤੇ ਕਿਹੜੇ ਸਵਾਲ ਆ ਜਿਹੜੇ ਉਹ ਪੁੱਛੇ ਜਾਣੇ ਲਾਜ਼ਮੀ ਸੀ ਅਤੇ ਕਿਹੜੇ ਪੁੱਛੇ ਗਏ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ 'ਤੇ ਇਹ ਗੱਲ ਕਹਿਣੀ ਚਾਹੂੰਗਾ ਵੀ ਇਹ ਜੋ ਵੀ ਐਪੀਸੋਡ ਹੋਇਆ ਬੜਾ ਮਾੜਾ, ਘਣਾਉਣਾ ਅਤੇ ਨਿੰਦਣ ਯੋਗ ਜਿਹੜਾ ਹੈਗਾ ਇਹ ਐਪੀਸੋਡ ਹੋਇਆ। ਬਾਕੀ ਉਹਦੇ ਵਿੱਚ ਜਿਹੜੇ ਜਿਹੜੇ ਵੀ ਕੋਈ ਸਵਾਲ ਹੈ, ਜਿੱਥੇ ਜਿੱਥੇ ਵੀ ਕਿਤੇ ਕੋਈ ਕਮੀ ਰਹੀ ਹੈ, ਉਹਦਾ ਆਲਰੇਡੀ ਜਿਹੜਾ ਹੈਗਾ ਉਹਦੇ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਹਦੇ 'ਤੇ ਜਿਹੜਾ ਹੈਗਾ ਜੋ ਵੀ ਕਿਸੇ ਦੇ 'ਤੇ ਬਣਦਾ ਐਕਸ਼ਨ ਉਹ ਕੀਤਾ ਜਾਊਗਾ। ਪਹਿਲੀ ਕਾਰਵਾਈ ਤੁਹਾਨੂੰ ਕੀ ਕਹਿੰਦੀ ਅਣਗਹਿਲੀ ਲੱਗਦੀ ਹੈ? 7 ਤਰੀਕ ਨੂੰ ਇਹ ਵਾਰਦਾਤ ਵਾਪਰਦੀ ਹੈ, 13 ਤਰੀਕ ਨੂੰ FIR ਹੁੰਦੀ ਹੈ, ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਹੈ? ਦੇਖੋ ਜੀ, 7 ਤਰੀਕ ਤੋਂ 13 ਤਰੀਕ ਤੱਕ ਜੇ ਅਸੀਂ ਇਸ ਤਰੀਕੇ ਨਾਲ ਦੇਖਦੇ ਹਾਂ ਬਿਲਕੁਲ ਅਣਗਹਿਲੀ ਹੈ, ਪਰ ਜੇ ਤੁਸੀਂ FIR ਪੜੋਗੇ ਫਿਰ ਤੁਹਾਨੂੰ ਉਹਦੇ ਵਿੱਚੋਂ ਕਈ ਗੱਲਾਂ ਹੋਰ ਲੱਗਣਗੀਆਂ। ਡਾਕਟਰਾਂ ਦੀ ਅਣਗਹਿਲੀ ਹੈ? ਬਿਲਕੁਲ ਹੈ, ਡਾਕਟਰਾਂ ਦੀ ਅਣਗਹਿਲੀ ਹੈ, ਪੁਲਿਸ ਦੀ ਅਣਗਹਿਲੀ ਹੈ? ਨਹੀਂ, ਪੁਲਿਸ ਦੀ ਅਣਗਹਿਲੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜੇ ਤੁਸੀਂ ਪੂਰੀ FIR ਪੜੋਗੇ ਫਿਰ ਤੁਹਾਨੂੰ ਕੁਝ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ। ਪਰ ਤੁਸੀਂ ਦੱਸ ਦਿਓ ਨਾ, ਤੁਸੀਂ ਦੱਸ ਦਿਓ, ਅੱਜ ਆਪਾਂ ਇੱਥੇ ਬੈਠੇ, ਤੁਸੀਂ ਦੱਸ ਦਿਓ। ਨਹੀਂ ਦੇਖੋ, ਮੈਂ ਤੁਹਾਨੂੰ ਇੱਕ, ਮੈਂ ਪਹਿਲਾਂ ਕਿਹਾ ਮੈਂ ਇੱਥੇ ਬਹਿਸ ਕਰਨ ਵਾਸਤੇ ਬਹਿਸ ਨਹੀਂ ਕਰਨੀ, ਮੈਂ ਇੱਥੇ ਕੋਈ ਪੁਆਇੰਟ ਕੱਢਣ ਵਾਸਤੇ ਪੁਆਇੰਟ ਗੱਲ ਨਹੀਂ ਕਰ ਰਿਹਾ। ਮੈਂ ਪੁਆਇੰਟ ਵਾਸਤੇ ਗੱਲ ਕਰ ਰਿਹਾ, ਤੁਸੀਂ ਇਹ ਗੱਲ ਕਹਿੰਦੇ ਰੋਪੜ ਸਾਹਿਬ, ਰੋਪੜ ਸਾਹਿਬ ਮੇਰਾ ਸਵਾਲ ਸੁਣ ਲਓ, ਮੈਂ ਵੀ ਇਹੋ ਜਿਹੀ ਬਹਿਸ ਨਹੀਂ ਚਾਹੁੰਦਾ ਗਾ। ਰੋਪੜ ਸਾਹਿਬ ਮੇਰਾ ਸਵਾਲ ਸੁਣ ਲਓ, ਜੇ ਤੁਸੀਂ ਕਰੇ FIR ਪੜੋਗੇ ਤਾਂ ਤੁਹਾਨੂੰ ਹੋਰ ਪੁਆਇੰਟਾਂ 'ਚ ਮਿਲਣਗੇ, ਤੁਸੀਂ ਪੜ੍ਹੀ ਇਹਨਾਂ ਦੱਸ ਦਿਓ। ਦੇਖੋ, ਮੈਂ ਕੋਈ ਲੀਗਲ ਉਹ ਨਹੀਂ, ਪਰ ਮੈਂ ਤੁਹਾਨੂੰ ਕਿਹਾ ਗਾ ਵੀ ਜਿੰਨਾ ਕੁ ਮੈਂ ਐਜ਼ ਲੇਮੈਨ ਕਹਿ ਸਕਦਾ, ਮੈਂ ਤੁਹਾਨੂੰ ਉਨੀ ਗੱਲ ਕਹਿਤੀ ਵੀ ਜਿੱਥੇ ਵੀ ਹੋਊਗੀ ਉਹ ਆਲਰੇਡੀ ਕਹਿ ਦਿੱਤਾ ਗਿਆ ਵੀ ADGP ਰੈਂਕ ਦਾ ਬੰਦਾ ਜਿਹੜਾ ਉਹਦੀ ਇਨਕੁਆਇਰੀ ਕਰੂਗਾ। ਉਹ ਤਾਂ ਹੋਣ ਕਿਹਾ ਗਿਆ ਨਾ, ਇਸ ਤੋਂ ਪਹਿਲਾਂ ਪੁਲਿਸ ਨੇ ਕੁਤਾਹੀ ਵਰਤੀ, 6 ਦਿਨ FIR 'ਚ ਕਿਉਂ ਲੱਗ ਗਏ? ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਗਾ ਜਦੋਂ ਆਪਾਂ ਲੱਗਦੇ ਆ ਬਿਲਕੁਲ ਲੱਗਦਾ ਵੀ ਉੱਥੇ ਤੇ ਕੁਤਾਹੀ ਵਰਤੀ ਗਈ ਹੈ, ਪਰ ਜੇ ਹੋਏਗਾ ਤਾਂ ਉਹਦੀ ਆਪੇ ਜ਼ਿੰਮੇਵਾਰੀ ਫਿਕਸ ਹੋ ਗਈ, ਆਪੇ ਹੀ ਵਿਲ ਫੇਸ ਦੀ ਐਕਸ਼ਨ। ਅਨੀਸ਼ਲੀ ਤੁਹਾਨੂੰ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ ਸੀ? ਦੇਖੋ, ਗੱਲ ਇਹ ਹੈ ਜੀ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਇੱਕ ਗੱਲ ਜਿਹੜੀ ਹੁਣ ਤੁਸੀਂ ਹੈਗਾ, ਹੁਣ ਜਦੋਂ ਇੱਕ ਇਨਕੁਆਇਰੀ ਲਾਤੀ, ਆਲਰੇਡੀ ADGP ਰੈਂਕ ਦਾ ਬੰਦਾ ਇਨਕੁਆਇਰੀ ਕਰੂਗਾ, ਔਰ ਜਦੋਂ ADGP ਰੈਂਕ ਦਾ ਬੰਦਾ ਇਨਕੁਆਇਰੀ ਹੋਊਗਾ, ਨੈਚੁਰਲ ਹੈਗਾ ਵੀ ਆਪਣਾ ਜਿਹੜੀ ਸਾਰੀ ਸਾਲ ਸਾਹਮਣੇ ਆ ਜੂਗੀ, ਔਰ ਜਿਹਨੇ ਕੋਈ ਕੀਤਾ ਹੋਊਗਾ ਆਪਣੇ ਫੇਸ ਕਰੂਗਾ। ਠੀਕ ਹੈ, ਤਾਰਨੀ ਸਾਹਿਬ, ਤੁਸੀਂ ਇਸ ਮੁੱਦੇ ਨੂੰ ਕਿਹੜਾ ਰੰਗ ਦੇਣਾ ਚਾਹੁੰਦੇ ਸੀ ਅਤੇ ਕਿਹੜਾ ਦਿੱਤਾ? ਦੇਖੋ, ਅਸੀਂ ਕੋਈ ਰੰਗ ਨਹੀਂ ਦੇਣਾ ਚਾਹੁੰਦੇ ਸੀ, ਇਹ ਤਾਂ ਸਾਰੇ ਲੋਕਾਂ ਦੇ ਸਾਹਮਣੇ ਹੈ, ਸਾਰੇ ਪੰਜਾਬ ਦੇ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਔਰ ਸੰਗਰੂਰ ਦੇ ਵਿੱਚ ਇਹ ਘਟਨਾ ਵਾਪਰ ਰਹੀ ਹੈ, ਔਰ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਉਹਦਾ ਵਾਲੀ ਵਾਰਸ ਕੋਈ ਨਹੀਂ ਹੈਗਾ, ਔਰ ਉੱਥੇ ਦੇ ਜਿਹੜੇ ਮਿਨਿਸਟਰ ਸਾਹਿਬ ਹੈਗੇ ਆ
ਉਹ ਜਿਹੜੇ ਹੈਗੇ ਆ ਬੇਵੱਸ ਹੋਏ ਵੇ ਹੈਗੇ ਆ। ਬਾਕੀ ਤੁਸੀਂ ਹੁਣ ਜਿਹੜੀਆਂ ਕੁਛ ਗੱਲਾਂ ਕੀਤੀਆਂ ਹੈਗੀਆਂ, ਦੇਖੋ ਮੈਂ ਇਹ ਗੱਲ ਕਰਦੇ ਹਾਂ ਨਾ, ਦੇਖੋ ਇਹ ਗੋਲ ਮੋਲ ਗੱਲ ਕਰਦੇ ਹਾਂ ਵੀ ਐੱਫ ਆਈ ਆਰ ਦੇਖੋਗੇ ਤਾਂ ਪਤਾ ਲੱਗੂਗਾ, ਐੱਫ ਆਈ ਆਰ ਦੇਖੋਗੇ ਤਾਂ ਪਤਾ ਲੱਗੂਗਾ। ਦੇਖੋ ਅੱਜ ਜਿਹੜੀਆਂ ਗੱਲਾਂ ਹੋਈਆਂ, 7 ਤਰੀਕ ਦਾ ਇਹ ਵਾਕਾ ਹੈਗਾ, 13 ਤਰੀਕ ਨੂੰ ਜਾ ਕੇ ਐੱਫ ਆਈ ਆਰ ਲਿਖ ਹੁੰਦੀ ਹੈ, 6 ਦਿਨ ਦੀ ਡਿਲੇ ਆ। ਔਰ ਕੋਰਟ ਜਿਹੜੀ ਹੈਗੀ ਆ, ਜੇ ਸਹੀ ਲਾ ਦੀ ਜਿਹੜੀ ਹੈਗੀ ਆ ਭੂਮਿਕਾ ਨਿਭਾਵੇ ਨਾ, ਤਾਂ 2 ਘੰਟੇ ਦੀ ਡਿਲੇ 'ਤੇ ਜਿਹੜਾ ਹੈਗਾ ਬੈਨੀਫਿਟ ਔਫ ਡਾਊਟ ਦੇ ਕੇ ਕੇਸ ਨੂੰ ਜਿਹੜਾ ਹੈਗਾ ਰਫਾ ਦਫਾ ਕਰ ਦਿੰਦੀ ਹੈਗੀ। ਤੁਸੀਂ ਮੈਨੂੰ ਇੱਕ ਹਿਸਾਬ ਨਾਲ ਦੱਸ ਦਿਓ ਕਿ ਜਗਮੇਲ ਦਾ ਕਤਲ ਜੇ ਹੋਇਆ, ਜਗਮੇਲ ਨੂੰ ਇੰਨੇ ਤਸੀਹੇ ਦਿੱਤੇ ਗਏ, ਤਸ਼ੱਦਦ ਕੀਤਾ ਗਿਆ, ਉਸ ਨੂੰ ਮੌਤ ਤੱਕ ਲਿਜਾਣ ਵਿੱਚ ਕਿਹਦੀ ਜ਼ਿੰਮੇਵਾਰੀ ਹੈ? ਦੇਖੋ ਸਭ ਤੋਂ ਪਹਿਲੀ ਜ਼ਿੰਮੇਵਾਰੀ ਜਿਹੜੀ ਹੈਗੀ ਆ, ਪਹਿਲੀ ਤਾਂ ਦੇਖੋ ਦੋਸ਼ੀਆਂ ਦੀ ਹੈਗੀ ਆ ਜ਼ਿੰਮੇਵਾਰੀ, ਦੂਜੀ ਉਹਨਾਂ ਨੇ ਤਾਂ ਦਾ ਕੰਮ ਕਰਤਾ ਨਾ, ਉਹਨਾਂ ਨੇ ਤਾਂ ਦਾ ਕੰਮ ਕਰਤਾ, ਉਸ ਤੋਂ ਬਾਅਦ 2 ਦਿਨ ਉਹ ਘਰੇ ਰਹਿੰਦਾ। ਹਾਂ, ਦੂਜੀ ਹੈਗੀ ਆ ਡਾਕਟਰਾਂ ਦੀ, ਦੂਜੀ ਹੈਗੀ ਆ ਡਾਕਟਰਾਂ ਦੀ, ਡਾਕਟਰਾਂ ਨੇ ਜਿਹੜਾ ਹੈਗਾ ਉਸ ਨੂੰ ਉਸ ਤਰੀਕੇ ਨਾਲ ਲਿਆ ਹੀ ਨਹੀਂ ਵੀ ਉਹਦੇ ਅੰਦਰ ਕੀ ਹੈਗਾ, ਉਹ ਜਿਸ ਤਰ੍ਹਾਂ ਕਹਿੰਦੇ ਆ ਕਿ ਉਹਦੇ ਜਿਹੜਾ ਹੈਗਾ ਪਿਸ਼ਾਬ ਦੇ ਨਾਲ ਤੇਜ਼ਾਬ ਉਹਦੇ ਮੂੰਹ ਦੇ ਵਿੱਚ ਪਾਇਆ ਗਿਆ, ਜਿਹਦੇ ਕਰਕੇ ਸਾਰਾ ਕੁਝ ਹੋਇਆ। ਔਰ ਡਾਕਟਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਮਤਲਬ ਆਪਣੇ ਸਿਰ ਤੋਂ ਲਾਉਣ ਵਾਸਤੇ ਉਹਨੂੰ ਰਜਿੰਦਰਾ ਦੇ ਵਿੱਚ ਭੇਜਤਾ, ਰਜਿੰਦਰਾ ਤੋਂ PGI ਦੇ ਵਿੱਚ ਭੇਜਤਾ, ਮਤਲਬ ਉਹ ਲਹਿਰਾ ਸੰਗਰੂਰ, ਸੰਗਰੂਰ ਤੋਂ ਰਜਿੰਦਰਾ, ਰਜਿੰਦਰਾ ਤੋਂ PGI, PGI ਤੋਂ ਫਿਰ ਇੱਕ ਦਿਨ ਲਈ ਇੱਥੋਂ ਚਲੇ ਗਏ, ਫਿਰ ਦੁਬਾਰਾ PGI 'ਚ ਆਏ। ਬਿਲਕੁਲ ਬਿਲਕੁਲ ਜੀ, ਉਹ ਉਸ ਟਰਾਂਸਪੋਰਟੇਸ਼ਨ ਦੇ ਵਿੱਚ ਉਸ ਜਿਹੜਾ ਹੈਗਾ ਸੀ ਇਨਸਾਨ ਉਸਦੀ ਡੈਥ ਹੋ ਜਾਂਦੀ ਹੈ। ਔਰ ਇਸ ਦੇ ਵਿੱਚ ਔਰ ਨੰਬਰ 2 ਜਿਹੜਾ ਇਹ ਟਾਈਮ ਹੈਗਾ 7 ਤੋਂ ਲੈ ਕੇ 13 ਤੱਕ ਦਾ FIR ਦਾ, ਇਸ ਦੌਰਾਨ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ ਹੈਗਾ, ਸਾਰੀ ਪੁਲਿਸ ਕੋਈ ਸਿਆਸੀ ਪੁਸ਼ਤ ਬਣਾਈ ਸੀ ਜਿਸ ਨੇ ਇਸ ਨੂੰ ਬਚਾਇਆ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, 7 ਤੋਂ 13 ਤਰੀਕ ਦੇ ਦੌਰਾਨ KP ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈਗਾ, ਮੈਂ ਕਿਸੇ ਤੇ ਉਂਗਲੀ ਨਹੀਂ ਚੱਕਦਾ, ਕਿਸੇ ਦੇ ਵੱਲ ਉਂਗਲੀ ਨਹੀਂ ਕਰਦਾ, 7-51 ਨਹੀਂ ਹੋ ਸਕਦੀ ਜੇ ਪੁਸ਼ਤ ਪਨਾਹੀ ਨਾ ਹੋਵੇ ਕਦੇ ਕਿਸੇ ਦੀ। ਔਰ ਇੱਕ ਕਤਲ ਹੋਣ ਦੇ ਵਿੱਚ 6 ਦਿਨ ਤਾਂ MLA ਤਾਂ ਤੁਹਾਡੇ ਹੈ ਨਾ, ਉੱਥੋਂ ਦੇ MLA ਤੁਹਾਡੇ ਹੈ? ਨਹੀਂ, MLA ਤੇ ਤਾਂ ਸਾਡੇ ਤੇ ਪੁੱਛਦਾ ਕੌਣ ਹੈ ਜੀ, ਉੱਥੇ ਨਹੀਂ ਪੁੱਛਦਾ ਕੋਈ, ਬਿਲਕੁਲ ਨਹੀਂ ਕੋਈ ਪੁੱਛਦਾ, ਉੱਥੇ ਸਾਰੀ ਸੰਗਰੂਰ ਦੇ ਮੰਤਰੀ ਸਾਹਿਬ ਹੈ ਜਿਹੜੇ ਉਹਨਾਂ ਦੀ ਚੱਲਦੀ। ਇੱਕ ਛੋਟਾ ਜਿਹਾ ਸਵਾਲ ਦਾ ਜਵਾਬ ਦੇ ਦਿਓ, ਉਸ ਤੋਂ ਬਾਅਦ ਮੈਂ ਅੱਗੇ ਤੁਹਾਡੇ ਤੋਂ ਸਵਾਲ ਲਊਂਗਾ, ਮੈਂ ਬ੍ਰੇਕ ਲੈਣੀ ਹੈ। ਸਿਆਸੀ ਪੁਸ਼ਤ ਬਣਾਈ ਦੀ ਵਜ੍ਹਾ ਕਰਕੇ ਇਹ ਸਭ ਕੁਝ ਹੋਇਆ, ਇੰਨਾ ਡਿਲੇ ਹੋਇਆ? ਹਾਂ, ਸਾਰਾ ਕੁਝ ਜਿਹੜਾ ਹੋਇਆ ਇਹ ਸਿਆਸੀਕਰਨ ਜਿਹੜਾ ਪੰਜਾਬ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਹੋਇਆ ਵਾ, ਉਹਦੇ ਕਰਕੇ ਸਾਰੀ ਘਟਨਾ ਵਾਪਰੀ। ਅਗਰ ਪ੍ਰਸ਼ਾਸਨ ਲੋਕਲ ਲੈਵਲ 'ਤੇ ਜਿਹੜਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਇਸ ਦਾ ਨੋਟਿਸ ਲੈ ਲੈਂਦਾ, ਬੱਚੇ ਦੀ ਦੇਖਭਾਲ ਕਰ ਲਿੱਤੀ ਜਾਂਦੀ, ਸ਼ਾਇਦ ਇਹ ਨੌਬਤ ਨਾ ਦੀ ਜਗਮੇਲ ਨੂੰ ਬਚਾਇਆ ਜਾ ਸਕਦਾ ਸੀ, ਜਗਮੇਲ ਨੂੰ ਬਚਾਇਆ ਜਾ ਸਕਦਾ ਸੀ। ਬਚਾਇਆ ਜਾ ਸਕਦਾ ਸੀ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਬਚਾਇਆ ਜਾ ਸਕਦਾ ਸੀ, ਇਨਸਾਨੀਅਤ ਵੀ ਬਚਾਈ ਜਾ ਸਕਦੀ ਸੀ, ਪਤਾ ਨਹੀਂ ਕਿਉਂ ਇਨਸਾਨੀਅਤ ਬਚਾਉਣ ਦੇ ਲਈ ਅਸੀਂ ਜਾਤ ਪਾਤ ਅਤੇ ਦਲਿਤ ਸ਼ਬਦ ਦਾ ਜਿਹੜਾ ਲੈ ਕੇ ਆ ਜਾਂਦੇ ਹਾਂ, ਇਨਸਾਨੀਅਤ ਦੀ ਗੱਲ ਅਸੀਂ ਕਿਉਂ ਨਹੀਂ ਕਰਦੇ? ਕਿਹੜਾ ਸਿਸਟਮ ਆ ਜਿਹੜਾ ਇਸ ਦਿਸ਼ਾ ਬਹਿਸ ਦੀ ਦਿਸ਼ਾ ਨੂੰ ਤੈਅ ਕਰ ਰਿਹਾ ਹੈਗਾ? ਸਾਡਾ ਮੂਲ ਸਵਾਲ ਇਹੀ ਹੈਗਾ, ਇਨਸਾਨੀਅਤ ਦੀ ਗੱਲ ਅਸੀਂ ਕਿਉਂ ਨਹੀਂ ਕਰਦੇ? ਪੰਜਾਬ ਵਿੱਚ ਹਮੇਸ਼ਾ ਸਾਂਝੀਵਾਲਤਾ ਦਾ ਹੋਕਾ ਦਿੱਤਾ ਜਾਂਦਾ ਹੈਗਾ, ਪੰਜਾਬ 'ਤੇ ਇਸ ਸਾਂਝੀਵਾਲਤਾ ਦੇ ਫੁੱਲਾਂ ਨੂੰ ਤੋੜਨ ਦੀ ਕੌਣ ਕੋਸ਼ਿਸ਼ ਕਰ ਰਿਹਾ ਹੈਗਾ? ਕਿਹੜਾ ਸਿਸਟਮ ਹੈ ਜਿਹੜਾ ਉਹ ਇਸ ਵਿੱਚ ਲੱਗਿਆ ਹੋਇਆ? ਇਨਸਾਨੀਅਤ ਦੀ ਗੱਲ ਕੌਣ ਕਰੇਗਾ? ਜਦੋਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਉਦੋਂ ਬੜੀ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਹਜੇ ਤਾਂ ਉਹ ਦਿਹਾੜੇ ਚੱਲਦੇ ਪਏ ਆ, ਹਜੇ ਤਾਂ ਅਸੀਂ ਗੱਲਾਂ ਕਰਦੇ ਪਏ ਹੈਗੇ, ਦਾਅਵੇ ਕਰਦੇ ਪਏ ਹਾਂ ਉਹਨਾਂ ਦਿਹਾੜਿਆਂ ਦੇ ਵਿਚਾਲੇ ਇਨਸਾਨੀਅਤ ਨੂੰ ਕਿਉਂ ਮਾਰ ਰਹੇ ਹਾਂ ਅਸੀਂ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਸਵਾਲ ਜਿਹੜਾ ਪੁੱਛ ਰਹੇ ਹਾਂ, ਜਗਮੇਲ ਕਤਲਕਾਂਡ ਤੋਂ ਬਾਅਦ ਪੰਜਾਬ ਵਿੱਚ ਬਹਿਸ ਦੀ ਦਿਸ਼ਾ ਕਿਹੜਾ ਸਿਸਟਮ ਤੈਅ ਕਰ ਰਿਹਾ? ਕਹਿਣ ਸਾਹਿਬ ਆ ਮੇਰੇ ਕੋਲ ਆ ਪਈ ਆ ਜਿਹਨੇ ਜਿਹੜੀ ਸਹਿਮਤੀ ਹੋਈ ਹੈ, ਇਹਦੇ ਵਿੱਚ 8 ਮੰਗਾਂ ਹੈਗੀਆਂ ਜਿਨ੍ਹਾਂ 'ਤੇ 8 'ਤੇ ਸਹਿਮਤੀ ਹੋਈ ਹੈ, ਤੁਸੀਂ ਵੀ ਸ਼ਾਇਦ ਪੜ੍ਹਿਆ ਹੋਗਾ ਸਾਰਾ ਕੁਝ, ਕੀ ਸਿਰਫ ਮੁਆਵਜ਼ੇ ਦੀ ਲੜਾਈ ਕਹਿ ਕੇ ਇਸ ਨੂੰ ਸਮਾਪਤ ਕਰ ਦੇਣਾ ਬਿਹਤਰ ਹੋਗਾ? ਜਿਸ ਤਰੀਕੇ ਨਾਲ ਸਾਡੇ ਇੱਥੇ ਦਿਸ਼ਾ ਤੈਅ ਕੀਤੀ ਜਾ ਰਹੀ ਹੈ ਕਿ ਮੁਆਵਜ਼ੇ ਲੜਾਈ ਹੈ, ਸਿਆਸੀਕਰਨ ਕੀਤਾ ਜਾ ਰਿਹਾ, ਪਰਿਵਾਰ ਇਸ ਮੁੱਦੇ ਨੂੰ ਕੈਸ਼ ਕਰਨ ਦੇ ਵਿੱਚ ਲੱਗਿਆ ਹੋਇਆ, ਇਹੋ ਜਿਹੇ ਮੁੱਦੇ ਉਭਾਰੇ ਜਾ ਰਹੇ ਆ? ਨਹੀਂ, ਦੇਖੋ ਇਨਸਾਨੀਅਤ ਦਾ ਕਤਲ ਹੋਇਆ, ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ, ਕੈਪਟਨ ਸਰਕਾਰ ਨੇ ਇਸ ਮਸਲੇ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ, ਉਦੋਂ ਕੀਤੀ ਹੈ ਜਦੋਂ ਲੋਕ ਸੜਕਾਂ 'ਤੇ ਉਤਰੇ ਆਏ, ਪਾਰਲੀਮੈਂਟ 'ਚ ਰੌਲਾ ਪੈ ਰਿਹਾ ਔਰ ਸਾਰੇ ਪਾਸੇ ਹਾਹਾਕਾਰ ਮੱਚ ਗਈ, ਤਾਂ ਇਹਨਾਂ ਦੀ ਜਿਹੜੀ ਮਸ਼ੀਨਰੀ ਹੈ ਉਹ ਤੇਜ਼ ਹੋ ਗਈ। ਅਦਰਵਾਈਜ਼ ਪਿਛਲੇ 7-8 ਦਿਨ ਇਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਉਸ ਬੱਚੇ ਨੂੰ ਬਚਾਉਣ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ। ਹੁਣ ਗੱਲ ਸਮਝੌਤਿਆਂ ਦੀ ਆ ਗਈ ਕਿ ਇਹਦੇ ਵਿੱਚ ਕਦੇ ਆਪਣੇ ਸਾਧੂ ਸਿੰਘ ਜੀ ਧਰਮ ਸਰੋਤ ਜਾਂਦੇ ਨੇ ਕਿ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਵਿੱਚ ਤੁਹਾਨੂੰ 8.5 ਲੱਖ ਰੁਪਇਆ ਦਊਗਾ, ਇੱਕ ਪਰਿਵਾਰ ਨੂੰ ਅਸੀਂ ਨੌਕਰੀ ਦੇਵਾਂਗੇ ਸੌਦੇ, ਕਿ ਕਾਰਨ ਤਾਂ ਇਹ ਹੈ ਕਿ ਜੇ ਸਰਕਾਰਾਂ ਇਸ ਪ੍ਰਤੀ ਗੰਭੀਰ ਨੇ ਤਾਂ ਫਾਸਟ ਟਰੈਕ ਕੋਰਟ ਬਣਾਈਆਂ ਜਾਣੀਆਂ ਚਾਹੀਦੀਆਂ ਸੀ ਪਹਿਲਾਂ ਹੀ, ਕਿ ਜਿਸ ਦੇ ਵਿੱਚ ਇਹਨਾਂ ਨੂੰ ਇਨਸਾਫ ਮਿਲ ਸਕੇ। ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਘਟਨਾ, ਕਿਉਂਕਿ ਇਹ ਘਟਨਾਵਾਂ ਇੱਕ ਨਹੀਂ ਹੈ, ਇਸ ਤੋਂ ਪਹਿਲਾਂ ਬੰਤ ਸਿੰਘ ਝੱਬਰ ਦੇ ਨਾਲ ਭੀਮਟਾਂ ਉਹ ਕਾਂਡ, ਜਿਹੜੇ ਇੰਨੇ ਕਾਂਡ ਵਾਪਰੇ ਨੇ, ਲੇਕਿਨ ਜਿਹੜੀਆਂ, ਕਿਉਂਕਿ ਇਸ ਦੇਸ਼ ਵਿੱਚ, ਇਸ ਪੰਜਾਬ ਵਿੱਚ ਸਮਾਜਿਕ ਸੁਧਾਰ ਦੀ ਕੋਈ ਲਹਿਰ ਨਹੀਂ ਚੱਲ ਰਹੀ, ਸਿਰਫ ਪੋਲੀਟੀਕਲ ਪਾਰਟੀਆਂ ਸੱਤਾ ਹਾਸਲ ਕਰਨ ਦੇ ਲਈ
ਇਹ ਜਿਹੜਾ ਆਪਣਾ ਗੱਠਜੋੜ ਕਰਦੀਆਂ ਨੇ ਔਰ ਸਮਾਜਿਕ ਸੁਧਾਰਾਂ ਨੂੰ ਜਿਹੜਾ ਨੇ ਤਿਲਾਂਜਲੀ ਦਿੱਤੀ ਕਿ ਜੋੜ ਤੋੜ ਹੈ ਕਿ ਅਸੀਂ ਲੁੱਟ ਖਸੁੱਟ ਕਿਵੇਂ ਮਚਾਉਣੀ ਹੈ ਔਰ ਸਮਾਜ ਵਿੱਚ ਜਿਹੜੀ ਅਰਾਜਕਤਾ ਫੈਲੀ ਹੋਈ ਹੈ ਸਮਾਜ ਵਿੱਚ ਜਿਹੜੀ ਗੈਰ ਬਰਾਬਰੀ ਹੈ ਜਾਤ ਪਾਤ ਹੈ ਊਚ ਨੀਚ ਹੈ ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕਹਿੰਦਾ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਇਸ ਨੂੰ ਦਲਿਤ ਮੁੱਦਾ ਉਭਾਰ ਕੇ ਪੇਸ਼ ਕਰਨਾ ਚਾਹੀਦਾ ਸੀ? ਨਹੀਂ, ਚਲੋ ਦੇਖੋ, ਇਨਸਾਨੀਅਤ ਦਾ ਮੁੱਦਾ ਕਿਉਂ ਨਹੀਂ ਅਸੀਂ ਇਨਸਾਨੀਅਤ ਦੇ ਨਾਮ 'ਤੇ? ਦੇਖੋ, ਅਸੀਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ 21 ਤਾਰੀਖ ਨੂੰ ਪਹਿਲਾਂ ਲੜਾਈ, ਅਕਤੂਬਰ 'ਚ ਲੜਾਈ ਹੋਈ, ਫਿਰ ਆ ਕੇ 7 ਨਵੰਬਰ ਨੂੰ ਹੋਈ। 7 ਨਵੰਬਰ ਨੂੰ ਉੱਥੇ ਬੱਚਾ ਜਿਹੜਾ ਜਿਸ ਨੂੰ ਮਾਸ ਜਿਹੜਾ ਉਹਦੇ ਜਿਸਮ ਤੋਂ ਪਲਾਸ ਨਾਲ ਨੋਚ ਕੇ ਵੱਖ ਕਰ ਦਿੱਤਾ ਗਿਆ, ਉਸ ਦੇ ਪੈਰਾਂ ਨੂੰ ਲੱਤਾਂ ਨੂੰ ਤੋੜਿਆ ਗਿਆ ਰੋੜਾਂ ਦੇ ਨਾਲ, ਉੱਪਰ ਤੇਜ਼ਾਬ ਪਾ ਦਿੱਤਾ ਗਿਆ, ਪਾਣੀ ਦੀ ਮੰਗ ਕੀਤੀ ਤਾਂ ਉਹਨੂੰ ਪਿਸ਼ਾਬ ਪਿਲਾ ਦਿੱਤਾ ਗਿਆ। ਇੰਨਾ ਅਣਮਨੁੱਖੀ ਵਿਵਹਾਰ ਵੈਸ਼ੀ ਪੁਣੇ ਦੇ ਨਾਲ ਜਿਸ ਬੱਚੇ ਦੇ ਨਾਲ ਇਹੋ ਜਿਹਾ ਕੰਮ ਕੀਤਾ, ਕਿਉਂਕਿ ਉੱਥੇ ਲੋਕਲ ਪਿੰਡ ਵਾਲਿਆਂ ਨੇ ਵੀ ਉਹਨੂੰ ਵਾਲਾ ਤਵੱਜੋ ਨਹੀਂ ਦਿੱਤੀ, ਕਿਉਂਕਿ ਉਹ ਜਿਹੜੇ ਰਸੂਕ ਵਾਲੇ ਬੰਦੇ ਨੇ ਉਹਨਾਂ ਦੀ ਪਹੁੰਚ ਹੈ। ਔਰ ਜਿਸ ਤਰੀਕੇ ਨਾਲ ਉਸ ਬੰਦੇ ਨੂੰ ਕੁੱਟਿਆ ਗਿਆ ਔਰ ਜਿਸ ਤਰੀਕੇ ਨਾਲ ਦਲਿਤ ਹੋਣ ਦੀ ਸਜ਼ਾ ਮਿਲੀ ਉਸਨੂੰ, ਉਹਨੂੰ ਦਲਿਤ ਵੀ ਹੋਇਆ ਉਹਦੇ ਨਾਲ ਇਨਸਾਨੀਅਤ ਦਾ ਵੀ ਕਾਰਨ ਹੋਇਆ। ਹਾਂ, ਇਹ ਬੜੀ ਇੰਪੋਰਟੈਂਟ ਗੱਲ ਹੈ, ਇਨਸਾਨੀਅਤ ਦਾ ਕਾਰਨ ਹੋਇਆ। ਪ੍ਰਸਮਜੀਤ ਸਿੰਘ, ਸਵਾਲ ਤਾਂ ਬਹੁਤ ਸਾਰੇ ਹੈਗੇ ਪ੍ਰਸਮਜੀਤ ਸਿੰਘ, ਤੁਸੀਂ ਵੀ ਅਕਸਰ ਇਸ ਵਿਸ਼ੇ ਦੀ ਬੜੀ ਗੱਲ ਕਰਦੇ ਹੋਗੇ ਪ੍ਰਸਮਜੀਤ ਸਿੰਘ, ਸਵਾਲ ਇਹ ਹੈਗਾ ਕਿ ਜਿਸ ਤਰੀਕੇ ਨਾਲ ਇਸ ਮੁੱਦੇ ਨੂੰ ਪੇਸ਼ ਕੀਤਾ ਗਿਆ, ਜਿਸ ਤਰੀਕੇ ਨਾਲ ਇਸ ਮੁੱਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ, ਐਂ ਪੇਸ਼ ਕੀਤਾ ਗਿਆ ਕਿ ਇੱਕ ਗਰੀਬ ਪਰਿਵਾਰ ਹੈ, ਉਹਨਾਂ ਨੂੰ ਪੈਸਿਆਂ ਦੀ ਲੋੜ ਹੈ, ਪੈਸੇ ਦਿਓ ਅਤੇ ਮੁੱਦਾ ਨਿਬੇੜੋ, ਸਵਾਲ ਹੈਗਾ ਕਿ ਇਸ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਜਿਹੜੇ ਕਤਲੋਗਾਰਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ, ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਈਏ ਅਸੀਂ? ਦੇਖੋ, ਕਿੰਨਾ ਦੁੱਖ ਹੁੰਦਾ ਹੋਊ, ਕਿੰਨਾ ਬੰਦੇ ਨੂੰ ਜਲੀਲ ਹੋਣਾ ਪੈਂਦਾ ਹੋਊਗਾ ਕਿ ਜਦੋਂ ਬੰਦੇ ਦੀ ਨੌਜਵਾਨ ਦੀ ਘਰ 'ਚ ਮੌਤ ਹੁੰਦੀ ਹੈ ਅਤੇ ਪਰਿਵਾਰ ਪੈਸੇ ਮੰਗਣ ਲੱਗ ਜਾਂਦਾ। ਇਹੀ ਹਾਲਤ ਸਾਡੇ ਜਿਹੜੇ ਕਿਸਾਨ ਕਰਜ਼ੇ 'ਚ ਦੱਬ ਕੇ ਜਦੋਂ ਸੂਇਸਾਈਡ ਆਤਮ ਹੱਤਿਆ ਕਰ ਲੈਂਦੇ, ਪਰਿਵਾਰ ਟੁੱਟ ਜਾਂਦਾ, ਇਮੋਸ਼ਨਸ ਜਿਹੜੀਆਂ ਭਾਵਨਾਵਾਂ ਕਿੰਨੀਆਂ ਕੁਰਬਾਨ ਹੋ ਜਾਂਦੀਆਂ, ਜਾਣੀ ਖਤਮ ਹੋ ਜਾਂਦੀਆਂ, ਟੁੱਟ ਜਾਂਦੀਆਂ, ਅਤੇ ਫਿਰ ਉਦੋਂ ਬਾਅਦ ਕਿ ਮੁਆਵਜ਼ਾ ਨਹੀਂ ਜੀ ਮਿਲਿਆ, ਇੱਥੇ ਗੱਲਾਂ ਹੁੰਦੀਆਂ। ਤੁਸੀਂ ਜਿਸ ਇਨਸਾਨੀਅਤ ਦੀ ਗੱਲ ਕਰਦੇ ਹਾਂ, ਸਾਡੇ ਹਿੰਦੁਸਤਾਨ ਦੀ ਭਾਰਤ ਦੀ ਧਰਤੀ 'ਤੇ ਦੋ ਅਲੱਗ ਅਲੱਗ ਸਪੀਸੀਆਂ ਰਹਿੰਦੀਆਂ, ਇੱਕ ਇਨਸਾਨ ਆ ਜਿਨ੍ਹਾਂ ਨੂੰ ਇਨਸਾਨ ਦੇ ਤੌਰ 'ਤੇ ਟ੍ਰੀਟਮੈਂਟ ਮਿਲਦਾ, ਕਾਂਸਟੀਟਿਊਸ਼ਨ ਆ, ਸਾਰਾ ਕਾਇਦਾ ਕਾਨੂੰਨ ਆ, ਔਰ ਦੂਸਰੇ ਇਨਸਾਨ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਦਲਿਤ ਕਹਿੰਦੇ ਹਾਂ। ਉਹਨਾਂ ਦੇ ਨਾਲ ਜਿਹੜਾ ਟ੍ਰੀਟਮੈਂਟ ਆ ਉਹ ਬਿਲਕੁਲ ਹਰ ਪਾਸਿਓਂ ਕਬਜ਼ੇ ਦੇ ਥੱਲੇ ਆ, ਉਹਨਾਂ ਨੂੰ ਧਰਮ ਨਹੀਂ ਗਲੇ ਲਾਉਂਦਾ ਕਿਸੇ ਕਿਸਮ ਦਾ, ਉਹਨਾਂ ਨੂੰ ਰਾਜਨੀਤੀ ਨਹੀਂ ਗਲੇ ਲਾਉਂਦੀ, ਸਿਰਫ ਵਰਤਦੀ ਆ, ਵੋਟ ਬੈਂਕ ਸਮਝਦੀ ਆ, ਉਹਨਾਂ ਨੂੰ ਕਿਤੇ ਕੋਰਟ ਕਚਹਿਰੀਆਂ ਤੱਕ ਪਹੁੰਚਣ ਦੀ ਸਮਰੱਥਾ ਹੀ ਨਹੀਂ ਉਹਨਾਂ ਦੇ ਵਿੱਚ, ਉਹਨਾਂ ਨੂੰ ਪੜ੍ਹਾਈ ਨਹੀਂ ਮਿਲਦੀ, ਉਹਨਾਂ ਦੀ ਸਿਹਤ ਨਹੀਂ ਠੀਕ, ਉਹਨਾਂ ਨੂੰ ਉਹੋ ਹੀ ਜਿਹੜੇ ਹੁਣ ਜਿਹੜੀਆਂ ਸਾਰੀਆਂ ਰਿਪੋਰਟਾਂ ਹੰਗਰ ਦੀਆਂ ਇੰਡੈਕਸ ਆਇਆ, ਉਹ ਕੌਣ ਆ? ਇਹ ਦਲਿਤ ਆ, ਦਲਿਤ ਕੌਣ ਆ? ਭਾਵੇਂ ਉਹ ਅਤਿ ਗਰੀਬ ਕਿਸਾਨ ਆ, ਉਹ ਮਜ਼ਦੂਰ ਹੈਗੇ ਆ, ਉਹ ਐਗਰੀਕਲਚਰ ਲੇਬਰਰ ਹੈਗੇ ਆ, ਉਹ ਸਾਡੇ ਆਦਿਵਾਸੀ ਹੈਗੇ ਆ, ਉਹ ਔਰਤਾਂ ਵੀ ਹੈਗੀਆਂ। ਕੀ ਜ਼ਰੂਰਤ ਆ ਕਿ ਆਜ਼ਾਦ ਭਾਰਤ ਦੇ ਵਿੱਚ ਕਠੂਆ ਵਾਲਾ ਕੇਸ ਜੋ ਹੋਇਆ ਉਹ ਹਿਲਾ ਦੇਣ ਵਾਲਾ ਨਹੀਂ ਸੀ? ਉਹ ਕੌਣ ਸੀ? ਉਹ ਦਲਿਤ ਕੁੜੀ ਸੀਗੀ, ਕਿਉਂਕਿ ਐਂ ਲੱਗਦਾ ਸੀ ਕਿ ਡੰਗਰ ਚਾਰ ਦੀ ਕੁੜੀ, ਇਹਨੂੰ ਕੌਣ ਪੁੱਛੂਗਾ 7-8 ਸਾਲ ਦੀ ਨੂੰ, ਇਹਨੂੰ ਮਾਰ ਕੇ ਜਿਸ ਤਰ੍ਹਾਂ ਮਰਜ਼ੀ। ਔਰ ਮੰਦਰ ਦੇ ਕੰਪਲੈਕਸ ਦੇ ਵਿੱਚ ਇਹ ਸਾਰਾ ਕੁਝ ਹੋਇਆ, ਕੀ ਦਿਲ ਦਹਿਲਾਉਣ ਵਾਲੀ ਗੱਲ ਨਹੀਂ? ਇਸ ਕਰਕੇ ਇਨਸਾਨੀਅਤ ਦਾ ਵਾਸਤਾ ਜਿੰਨਾ ਮਰਜ਼ੀ ਪਾਓ, ਜਿੰਨਾ ਮਰਜ਼ੀ ਤੁਸੀਂ 550 ਪ੍ਰਕਾਸ਼ ਪੁਰਬ ਕਰ ਲਓ, 1000 ਕਰੋੜ ਤੁਸੀਂ ਉੱਥੇ ਤਬਾਹ ਕਰ ਦਿੱਤੇ, ਅਤੇ ਉਸ ਧਰਤੀ 'ਤੇ, ਗੁਰੂ ਨਾਨਕ ਦੀ ਧਰਤੀ 'ਤੇ ਇਹੋ ਜਿਹੜੇ ਕੁਕਰਮ ਅਤੇ ਪਾਪ ਲਗਾਤਾਰ ਹੋ ਰਿਹਾ, ਕਿਤੇ ਬੰਤ ਸਿੰਘ ਝੱਬਰ ਦਾ ਕਿਤੇ ਛੋਟਾ ਕੇਸ ਆ ਕਿ ਇੱਕ ਲੱਤ ਵੜਤੀ, ਦੋਵੇਂ ਹੱਥ ਵੜਤੇ, ਇਹੀ ਐਗਜੈਕਟਲੀ ਆਹ ਹੀ ਹੋਇਆ ਕਿ ਉਹਨੂੰ ਗੈਂਗਰੀਨ ਹੋ ਗਈ, ਉਹ ਕੱਟਣੇ ਪਏ, PGI 'ਚ ਆ ਕੇ ਕੱਟਣੇ ਪਏ, ਭੀਮ ਟਾਂਕ ਦਾ ਤੁਸੀਂ ਆਰਾ ਚਲਾ ਕੇ ਲੱਤਾਂ ਕੱਟ ਕੇ ਬੰਦੇ ਨੂੰ ਮਾਰ ਦਿੱਤਾ। ਔਰ ਬੰਦੇ ਉਹ ਜਿਹੜੇ ਬੰਦੇ ਕਰਦੇ ਆ ਉਹ ਸਮਾਜਿਕ ਤੌਰ 'ਤੇ ਡੋਮੀਨੇਟ ਆ, ਉਹ ਆਰਥਿਕ ਤੌਰ 'ਤੇ ਤਾਕਤਵਰ ਆ, ਉਹਨਾਂ ਦੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੇ ਨਾਲ ਸੰਬੰਧ ਆ, ਔਰ ਉਹਦੇ ਰਾਹੀਂ ਪੁਲਿਸ ਨੂੰ ਵਰਤ ਕੇ ਇੱਥੇ ਇਨਸਾਫ ਧਰਤੀ 'ਤੇ ਨਹੀਂ ਆਉਣ ਦਿੰਦੇ, ਔਰ ਕੋਰਟਾਂ ਦੇ ਵਿੱਚ ਬੰਦਿਆਂ ਨੂੰ ਮੁਕਰਵਾਇਆ ਜਾਂਦਾ, ਪੁਲਿਸ ਨੂੰ ਪ੍ਰਭਾਵਿਤ ਕਰਕੇ ਕੇਸ ਨੂੰ ਕਮਜ਼ੋਰ ਕੀਤਾ ਜਾਂਦਾ, ਇਹ ਹਾਲਤ ਆ, ਕੌਣ ਪੁੱਛ? ਮੇਰਾ ਸਵਾਲ ਇਸ ਹੀ ਆ ਪ੍ਰਸਮਜੀਤ ਸਿੰਘ, ਹੁਣ ਜਿਹੜਾ ਆਹ ਸਭ ਕੁਛ ਹੋ ਗਿਆ ਹੈਗਾ, ਜਿਹੜੇ ਆ 8 ਮੁੱਦੇ ਪਏ ਹੈਗੇ ਸਾਡੇ ਸਾਹਮਣੇ, 7 ਦਿਨਾਂ ਦੇ ਅੰਦਰ ਚਲਾਨ ਪੇਸ਼ ਕਰਨਾ ਹੈਗਾ, 3 ਮਹੀਨੇ ਦੇ ਅੰਦਰ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈਗੀ ਹੈ, ਕਿ ਉਦੋਂ ਨਹੀਂ ਇਸ ਕੇਸ ਨੂੰ ਪ੍ਰਭਾਵਿਤ ਕੀਤਾ ਜਾਏਗਾ ਜੇ ਹੁਣ ਸਿਆਸੀ ਪੁਸ਼ਤ ਬਣਾਈ ਹੈਗੀ ਹੈ ਤਾਂ? ਪੁਰਾਣੇ ਕੇਸ ਦੇਖ ਲਓ ਸਾਰੇ, ਉਨਾਓ ਕੇਸ, ਉਹ ਲੜਕੀ 17 ਸਾਲ ਦੀ UP ਦੇ ਵਿੱਚ ਰੇਪ ਕੀਤੀ ਇਸ ਕਰਕੇ ਕਿਉਂਕਿ ਦਲਿਤ ਆ, ਔਰ ਉਸਦੇ ਉਹਦੇ ਫਾਦਰ ਨੂੰ ਅੰਦਰ ਪੁਲਿਸ ਦੇ ਕਸਟਡੀ ਦੇ 'ਚ ਉਹਦੀ ਡੈਥ ਹੁੰਦੀ ਆ, ਔਰ ਦੋ ਰੈਲੇਟਿਵ ਜਦੋਂ ਜਾ ਰਹੀ ਹੈ ਲਖਨਊ ਨੂੰ ਉੱਥੇ ਮਾਰ ਦਿੱਤੇ ਜਾਂਦੇ ਆ, ਉਹ ਕੁੜੀ ਮਰਨੇ ਪਈ ਹੋਈ ਆ, ਕੌਣ ਪੁੱਛਦਾ ਹੈ? ਇਸ ਕਰਕੇ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਨਾ,
सारा कुछ और सारे के सारे केसों के राजनीतिक लोगों के नाल इन्हों लोगों के कंटैक्ट है जिथे भी दलित एड्डा व्डा व्डा कोई अत्याचार होंगे उन्होंने कित ना कि जाके राजनीतिक लोगों ना लिंक है जी तुम गल कहनी है कि पहला क्यों नहीं होया जे सिस्टम चले फिर दलित दलित जो दलित पुणा आ इतों खत्म हो सकता पर सिस्टम कुछ लोगों के हाथ के आ गया है उ ही उन्होंने सर्व करता वही गिणती जोड़े लोग आ जोड़े असल में इस धरती के मेहनतकश लोग जो देश में चलाते हैं उन्होंने ना तो रोटी नसीब ना उन्होंने इलाज नसीब ना उन्होंने पढ़ाई नसीब ना रुजगार नसीब उन्होंने दलित कहते हैं और उन्होंने इंसानियत का ट्रीटमेंट नहीं मिल रहा एस सी कहो आदिवासी कहो बहुत सारिया औरत कहो होर जे पछड़े एरिए गरीब लोग कहो प्रसमजीत सिंह जी तुहाडा कोई सुनता पे होगा जिहड़े भी लोग तुहानूं सुनदे पे होणगे उह इह सोचदे पे होणगे पंजाब विच दलित आबादी बहुत ज़्यादा हैगी है सब तो ज़्यादा पूरे भारत सोचदे कि 37% है रूरल एरिए च रूरल सब तो ज़्यादा हैगी है सवाल यह हैगा कि पंजाब विच वी दलितां दे इहो जिहे हालात होणगे लोकी सवाल खड़े करनगे अज भाई साहब इह पंजाब दी इक्को पिक्चर हमेशा बाहर जांदी रही है 37% जिहड़े रूरल एरिए च दलित रह रहे आ उन्हां कोल जमीन किन्नी आ 3% बनेगी टोटल जमीन का हिस्सा और बाकी जिहड़े आ नॉन दलित आ उन्हां दा कब्जा सारी जमीन ते 97% जमीन दे उत्ते और वह घट गिणती आ यह बहु गिणती आ घट गिणती का बहु गिणती बहुती 97% जमीन ते कब्जा रूरल एरिए च अंबेदकर जी ने भी कहा सी मैं भी कहना आ साडी स्टडी अलग अलग खोज ये कहती है कि जब तक दलित नूं जमीन नहीं दिती जांदी उहदे कोल ते रहण जोगी घर च जमीन घर जोगी जमीन नहीं है सिर ढकण जोगी जमीन नहीं है किहड़ी गल करदे जे उहनूं जमीन नहीं लैंड रिफॉर्म कीते आईवाश कीते लै गए जिन्हां ने लैणा सी जे इहनां नूं जमीन नहीं मिलेगी ये अपना इज्जत माण उच्चा करके नहीं जी सकते यही कारण आ तुहानूं पता एक निक्की गल मैं तुहानूं जरूर इत्थे दसणी चाहुंदा दलित की हुंदा तुसीं बार बार इंसानियत की गल कह रहे मैं इस करके कहना असी दलित दियां वेज इनिया थले सी उन्हां दियां उदरता इनिया थले सी एक पिंड दे विच सन 71 दी गल कर रहा मैं उदों असी वधाउण दी कोशिश कीती सारे पिंड दे जिहड़े जिमीदार आ जट जिमीदार जां होर जिहड़े भी जमीना वाले सी सारिआं ने उन्हां दा बाईकाट करता उदों टॉयलेट नहीं सी हुंदियां कहिंदे साडे खेतां दे अंदर तुसीं किवें टॉयलेट आओगे असीं तुहानूं देखांगे इस तरीके नाल उहनां इक इसे करके मैं कहिंदा इह गल नूं समझो जिहड़ा इह इशू है कुछ इंसान आ और कुछ दलित है यार दलितों को इतने इंसान नहीं समझा जाता एक और छोटा ब्रेक लाऊंगा ब्रेक तो वापस आऊँगा बहुत सारे सवाल आए प्रोफेसर मनजीत सिंह ने मेरे अगे रख दिए है तुहाडे अगे भी रख दिए है कैन साहब भी कह रहे हैं दलित का मुद्दा तो है ही है इंसानियत का मुद्दा भी है सानू सारे पक्षों तो इस मुद्दे को विचारना पवेगा तो ही असी इन सवालों के जवाब लग सकते हैं जे सिर्फ मुआवजे तक ही सब कुछ सीमित होंदा तो फिर शायद है संघर्ष मुक जाता पर जिहड़ी जथेबंदियों ने सहयोग दिता है इस परिवार का उन्हों का यह मंच धन्यवाद करता है जिन्होंने इलाज के दौरान सहयोग दिता है वह उन्हों का भी यह मंच धनवाद करता है जिन्होंने लहरा गागा संगरूर ते पटियाला तो बाद PGI तक इन्हों की मदद की हैगी है जिहड़े सोशल मीडिया से लाइव हुए जिन्होंने सच दिखाया है उन्हों का भी यह मंच धनवाद करता है असं उम्मीद करते वो भी इतने पहुँचते पर वो थोड़ा जा इस इन्होंने संघर्ष के नाल जुड़े हुए इस करके इतने नहीं पहुँच सके जो इतने आते तो शायद कुछ होर पिक्चर क्लीयर हो जाती कि किंदी किंदी गलती हैगी कौन कौन जिम्मेवार है ब्रेक तो वापस आ रहे हैं सवाल एक पूछ रहे हैं जगमेल कतलकांड तो बाद बहस की दिशा किहड़ा सिस्टम तय कर रहा है इस सवाल से असं वापस आ रहे हैं सुदेश रोपड़ अक्सर तुम मुलाजम जथेबंदियों भी जुड़े रहने हो मुलाजम जथेबंदियों के नाल जो होर किरती है उन्होंने भी तुम जुड़े हो तो उन्होंने माली हालत भी पता हैगी है जदों योजे मामले साढ़े सामने आते हैं उदों असी फास्ट ट्रैक कोर्स की गल करते हैं उदों असी माली इमदाद की गल करते हैं उदों गल करके उदू बाद मीडिया भी इसको विसार दिता है तुम लोग भी विसार दें जिहड़े उनके तीन औलादा है उनके जगमेल दियाँ उन्होंने खर्चा हुण सरकार चुकेगी पर सवाल यह है कि भविख दे विच उह जदों स्कूले पढ़न जाणगे या कॉलेजां च पढ़न जाणगे उत्थे की दसणगे कि मेरे बाप नूं क्यों मारिया गया सीगा उस नूं इंसाफ दिवाउण लई मौके दीआं सरकारां ने की किया सिर्फ यही कहणगे कि सरकार ने साडी मदद कीती वित्तीय मदद कीती नहीं मैं तो इस गल नूं बड़ा बंदभागा कहना बाकी जिहड़ी तुसीं पहली गल कही है बिल्कुल असी उह किरतियां दे ही असी नाल हमेशा लड़ाई भी लड़दे हां किरतियां दी और पर मैं दूजी गल तुसीं इक गल वधिया कही है भी खासकर जो इस कीर्ति वर्ग दी कोई गल्लां दी गल हुंदा है ना उदों मीडिया भी उन्हों विसार दिंदा नहीं बहुत ही उन्हां दी गल सुनदा क्योंकि मीडिया वास्ते भी होर इंपोर्टेंस ज़्यादा है मैं थोड़ा एक गल दा धन्नवाद दी भी तुसीं इहनूं बड़े संजीदा ढंग नाल इस प्रोग्राम नूं कर रहे हो कई उन्हों होर एंगल नाल कर रहे पर तुसीं बड़े संजीदा ढंग नाल कर रहे हो और उहदे विच तुसीं सरकार दे जिन्ने भी प्रश्न उठा रहे हो मैं बिल्कुल मैं ये नहीं कहता भी वो थोड़े कोई गलत नहीं क्योंकि
अज जो जिस जिहड़ी तुसीं गल कर रहे हो अज बिल्कुल ठीक है, सारे इत्थे फास्ट ट्रैक कोर्ट की गल करते हैं, सारे उस गल करते हैं, पर जो ये 10 दिन निकल जाने ने उस तो बाद किसी ने यदि गल नहीं करनी। मैं बिल्कुल तुहाडी इस गल नाल सहमत हाँ, सानू संजीदा होना पऊगा, सानू इदा इन्हां मुद्दों सोचना पऊगा भी इन्हां मुद्दों अज नहीं, चाहे वह भीम टांक वाला होवे, चाहे ये होवे भी असी इन्हां नूं विसार दईए ते असी उदू बाद उन्हां नूं भुल जाईए, इन्हां दी फॉलोअप ना करिए। सानू मीडिया नूं भी साडे लोकां नूं भी फॉलोअप करनी चाहिए है, और तां कि ये जिहड़े मुद्दे ने अगाह नूं कोई हिम्मत ना करे जां कोई इदां दे वाकया ना हो। तारनी साहब, समाजिक सुधारों की गल की है मिस्टर कैंथ ने, मेरा सवाल यह है कि जो मुआवजे की गल आती है उदो सरकारों कहा जाता है कि 50 लाख रुपए दे दो, करोड़ रुपए दे दो, तुसी लोग ही मंगा करते हो, जो तुहाडे वाले मुद्दे उठते हो तुसी कहने भी असी इस तहत ही दे सकते हो। सवाल यह है जिहड़े मुलजम हैगे, जिहड़े दोषी हैगे आ, कि उन्हां दीआं जिहड़ियां जायदादां हैगीआं उन्हां नूं अटैच करके जिहड़ी भरपाई इस पूरे मामले की कीती जावे, इहो जी प्रोविजन है कि नहीं है, क्यों क्यों असी जिहड़े टैक्स पेयर आ जां सरकारी खजाने ते बोझ पाउणे गल्लां करदे आ। हो सकदा इह सवाल मेरा बहुते लोकां नूं पसंद ना आवे, पर जदों इह केस आपदे अंजाम तक पहुंचे उदों उन्हां दी प्रॉपर्टियां अटैच करके इस जिहड़ा मुआवजे की भरपाई ਜਿਹੜੀ ਸਰਕਾਰ ਤੱਕ ਪਹੁੰਚਾਈ ਜਾਵੇ, ਜੇ ਵੱਧ ਚੀਜ਼ਾਂ ਬੰਦੀਆਂ ਹੈਗੀਆਂ ਤਾਂ ਪੀੜਿਤ ਪਰਿਵਾਰ ਨੂੰ ਹੋਰ ਮਦਦ ਦਿੱਤੀ ਜਾਵੇ। ਬਿਲਕੁਲ, ਦੇਖੋ ਕੇਪੀ ਜੀ, ਤੁਹਾਡਾ ਇਹ ਬਿਲਕੁਲ ਜਾਇਜ਼ ਸਵਾਲ ਆਇਆ ਔਰ ਅਸਲ ਬਹਿਸ ਬਣਦੀ ਹੀ ਇਸ ਮੁੱਦੇ ਤੇ ਸੀ। ਦੇਖੋ ਇੱਕ ਗੱਲ ਬਿਲਕੁਲ ਕਲੀਅਰ ਹੈਗੀ ਹੈ ਕਿ ਇਨਸਾਨੀਅਤ ਦਾ ਕਤਲ ਹੈ, ਦੂਜੀ ਗੱਲ ਇਹ ਹੈ ਕਿ ਜਿਹੜੀਆਂ ਚਾਹੇ ਸਾਰੀਆਂ ਜਥੇਬੰਦੀਆਂ ਦਾ ਪ੍ਰੈਸ਼ਰ ਕਹਿ ਲਓ, ਕੁਛ ਕਹਿ ਲਓ, ਇਹ ਕਿਸੇ ਇਕੱਲੇ ਦਲਤਾਂ ਨੇ ਨਹੀਂ, ਦੇਖੋ ਬਾਕੀ ਸਾਰਿਆਂ ਨੇ ਇਹਨਾਂ ਦੀ ਮਦਦ ਕੀਤੀ ਹੈਗੀ ਹੈ और सारिया ने यह कहा कि इन्हों 50 लाख रुपया मिलना चाहिए। मैं भी कहना कि 50 लाख नहीं, 1 करोड़ मिलना चाहिए, सारियां नूं यह डिमांड करनी चाहिए। बट हुण सानू क्वेश्चन की उठते हैं, नंबर एक कि यह पैसा जिहड़ा हैगा कि यह सरकार दे नाल कोई लड़ाई सी जिहदे करके सरकार पैसा दवे, गलतियां कीदियां हैगियां। पहले नंबर ते उन्हां लोकां दी गलती जिन्हां ने इस इंसानियत का कतल किया, उन्हें वो जे सारे कह रहे हैं, सारे जिन्हें पैनलिस्ट बैठे हैं कि वो जायदाद वाले हैं, बाहर सूख है गए हैं, तो उन्होंने जायदाद जी है कुरक करन दे प्रोविजन बनानी चाहिए है। नंबर टू अमृतसर वाला रेलवे कांड होया सी, मैं कहा जिन्हां दीआं गलतियां हैगीआं उन्हां दीआं जायदादां कुरक करनियां चाहीदियां। ਜਦੋਂ ਬਟਾਲੇ ਵਾਲਾ ਬਲਾਸਟ ਕੇਸ ਹੋਇਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਜਾਇਦਾਦ ਉਹਨਾਂ ਦੀ ਕੋਲ, ਸਰਕਾਰ ਦਾ ਇਹਦੇ ਵਿੱਚ ਦੱਸੋ ਕੀ ਦੋਸ਼ ਹੈ ਇਸ ਕੇਸ ਦੇ ਵਿੱਚ, ਮੰਨ ਲਓ ਸਰਕਾਰ ਦਾ ਕੀ ਦੋਸ਼ ਹੈਗਾ ਇਸ ਦੇ ਵਿੱਚ, ਦੋਸ਼ ਹੈਗਾ ਦੋਸ਼ੀਆਂ ਦਾ, ਸਜ਼ਾ ਮਿਲਦੀ ਹੈ ਦੋਸ਼ ਦੋਸ਼ੀਆਂ ਦਾ, ਸਿਆਸੀ ਪੁਸ਼ਤ ਬਣਾਈ ਹੈ ਸੀ ਜਾਂ ਨਹੀਂ? ਇੱਕ ਮਿੰਟ ਮੈਨੂੰ ਗੱਲ ਕਰਨ ਦਿਓ ਕਲੀਅਰ, ਮੈਂ ਹਾਂ ਬਿਲਕੁਲ ਤਾਰੀ ਸਾਹਿਬ ਤੁਹਾਡੇ ਲੀਡਰੀ ਸਵਾਲ ਚੁੱਕਦੇ ਪਏ ਆ। ਮੈਂ ਕਹਿਣਾ ਹਾਂ ਹੈਗੀ ਹੈ ਪੁਸ਼ਤ ਬਣਾਈ ਹੈਗੀ ਹੈ। ਪਹਿਲੀ ਗੱਲ, ਉੱਥੇ ਦਾ SHO ਕੀ ਕਰ ਰਿਹਾ ਸੀ, ਉੱਥੇ ਦਾ ਮੁਨਸ਼ੀ ਕੀ ਕਰ ਰਿਹਾ ਸੀ, ਉਹਨਾਂ ਨੇ DDR ਕਿਉਂ ਨਹੀਂ ਲਿਖੀ, ਨਹੀਂ SHO ਮੁਨਸ਼ੀ, SHO ਮੁਨਸ਼ੀ ਆਦੇ ਹਿਸਾਬ ਨਾਲ ਕੰਮ ਕਰਦੇ ਆ। ਨਹੀਂ ਨਹੀਂ ਬਿਲਕੁਲ ਨਹੀਂ, ਤੁਸੀਂ ਕਿਉਂ ਇਹ ਗੱਲਾਂ ਕਰਦੇ ਪਏ ਧਾਰਨੀ ਸਾਹਿਬ? ਮੈਂ ਕਹਿੰਦਾ ਅੱਜ ਲਾਓ ਜੇ ਇੱਕ ਵਾਰ ਤੁਸੀਂ ਇੱਕ ਸੁਣ ਲਓ ਧਾਰਨੀ ਸਾਹਿਬ, ਸੁਣਦਾ ਮਾਤਾ ਰੱਖੋ। ਹਾਂਜੀ, ਇੱਕ ਵਾਰ ਤੁਸੀਂ ਕਹਿ ਰਹੇ ਹੋ ਸਿਆਸੀ ਪੁਸ਼ਤ ਬਣਾਈ ਆ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ SHO ਕੀ ਕਰਦਾ ਪਿਆ ਸੀ, ਮੁਨਸ਼ੀ ਕੀ ਕਰਦਾ ਪਿਆ ਸੀਗਾ। SHO ਮੁਨਸ਼ੀ ਨੇ ਜੇ ਆਪਦੇ ਹਿਸਾਬ ਨਾਲ ਰਿਪੋਰਟਾਂ ਲਿਖਣੀਆਂ ਹੁੰਦੀਆਂ ਤਾਂ ਕਦੋਂ ਲਿਖ ਚੁੱਕੇ ਹੁੰਦੇ ਉਹ? ਮੈਂ ਉਹੀ ਗੱਲ ਕਰਦਾ ਜੀ ਵੀ ਹੁਣ ਪਤਾ ਲੱਗ ਜਾਊਗਾ। ਉਹ ਅੱਛਾ, ਦੂਜੀ ਗੱਲ, ਅੱਜ DGP ਨੂੰ ਇਨਕੁਆਰੀ ਦੇ ਰਹੇ ਹੈਗੇ ਆ, ਫਿਰ ਇਹਦਾ ਮਤਲਬ ADGPਾਂ ਨੇ ਜੇ ਇਨਕੁਆਰੀਆਂ ਕਰਨੀਆਂ ਤਾਂ SHO ਉੱਥੇ ਕਾਹਦੇ ਵਾਸਤੇ ਲਾਏ ਹੋਏ ਹੈਗੇ? ਤੀਜੀ ਗੱਲ, ਛੇ ਦਿਨਾਂ ਦੇ ਵਿੱਚ ਜੀ ਅਸੀਂ ਉਹ ਚਲਾਣ ਪੇਸ਼ ਕਰਾਂਗੇ, ਮੈਨੂੰ ਦੱਸ ਦਿਓ ਵਿਸਰਾ ਰਿਪੋਰਟ ਆਉਣ ਨੂੰ ਕਿੰਨਾ ਟਾਈਮ ਲੱਗੂਗਾ, ਕੀ 6 ਦਿਨਾਂ ਦੇ ਵਿੱਚ ਚਲਾਣ ਆਉਣਾ ਪੋਸੀਬਲ ਹੈ? ਹਾਂ, ਧੁੱਥ ਮੁੱਥ ਕਰਕੇ ਜ਼ਰੂਰ ਪਾ ਦੇਣਗੇ, ਇਸ ਤਰ੍ਹਾਂ ਦੀ ਜ਼ਰੂਰ ਕਾਰਵਾਈ ਕਰ ਦੇਣਗੇ 3 ਮਹੀਨੇ ਦੇ ਵਿੱਚ। ਕੋਈ ਕੈਪਟਨ ਸਾਹਿਬ ਦੇ ਕਹੇ ਤੇ ਅਦਾਲਤਾਂ ਨੇ ਨਹੀਂ ਚੱਲਣਾ ਹੈਗਾ, ਕੋਰਟਾਂ ਨੇ ਚੱਲਣਾ ਹੈਗਾ। ਜਿਹੜਾ ਸਮਝੌਤਾ ਦਿਖਾਇਆ ਗਿਆ ਫੇਕ ਹੈ, ਬਿਲਕੁਲ ਫੇਕ ਹੈ ਜੀ। ਮੈਂ ਬਿਲਕੁਲ ਇਹ ਦੇਖੋ, ਅੱਜ ਮੈਂ ਇੱਕ ਮਿੰਟ ਦੱਸਦਾ ਜੀ, ਪਿਛਲੇ ਟਾਈਮਾਂ ਦੇ ਵਿੱਚ ਜਿਹੜਾ ਸਿੱਧੂ ਸਾਹਿਬ ਵਾਲੇ ਕੇਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ, ਉਹਨਾਂ ਨੂੰ ਕਿਹੜੇ ਨੂੰ ਮੁਆਵਜ਼ਾ ਮਿਲਿਆ? ਆਹ ਬਟਾਲੇ ਵਾਲੇ ਦੇ ਵਿੱਚ ਕਿਹੜੇ ਨੂੰ ਮੁਆਵਜ਼ਾ ਮਿਲਿਆ? ਜਿਹੜੇ ਬਾਕੀ ਲੋਕਾਂ ਨੂੰ, ਜਿਹੜਿਆਂ ਨੂੰ ਕਿਹੜਿਆਂ ਨੂੰ ਮੁਆਵਜ਼ਾ ਮਿਲਿਆ? ਕਾਂਗਰਸ ਨੇ ਹਮੇਸ਼ਾ ਜਿਹੜਾ ਹੈਗਾ ਉੱਥੇ ਜਾ ਕੇ ਉਹਨਾਂ ਨੂੰ ਸਿਰਫ ਉਹਨਾਂ ਲੋਕਾਂ ਦੀ ਗਰੀਬੀ ਔਰ ਗੁਰਬਤ ਦਾ ਮਜ਼ਾਕ ਉਡਾਇਆ, ਮੈਂ ਇਹ ਸਮਝਦਾ। ਰਸਮਨਜੀਤ ਸਿੰਘ, ਇਹ ਵਿਰੋਧੀ ਪਾਰਟੀ ਆ, ਇਹ ਤਾਂ ਇਹੋ ਜਿਹੇ ਇਲਜ਼ਾਮ ਲਾਉਣਗੇ। ਸਵਾਲ ਇਹ ਹੈਗਾ, ਇਸ ਸਮਝੌਤੇ ਨੂੰ ਜਿਹੜਾ ਇਹ ਆਪਸ ਵਿੱਚ ਹੋਇਆ ਹੈਗਾ, ਇਸ ਨੂੰ ਖਾਰਜ ਕਰ ਰਿਹਾ ਕਿ ਫੇਕ ਹੈ?
नहीं नहीं समझौता फेक नहीं है हाँ। समझौता ये ठीक हैगा होगा पर कुछ चीज़ा जिमें ये लिखिया गई उस तरह टाइम दे पाबंदी दे विच नहीं होणगियां उस टाइम दे विच फॉर इंस्टेंस हुण बरगाड़ी दे नूं किन्ने साल हो गए वो एड्डा वड्डा सारा पंजाब इनवॉल्व आ असैम्बली का पूरा सैशन लाइव टैलीकास्ट हो गया उन्होंने अपने मिनिस्टर सारा कुछ कहने के बावजूद अज कितने किस स्टेज पे खड़ा भोगता की डिबेट होगी बिल्कुल बिल्कुल उदो बाद आई गई होगी एक इन्हां लई एक केस आ और जिन्हें जिनी वो राजनीतिक लाहा लैना वो लै रहे हैं और उन्होंने ले लिया और कुछ ये दस दे सहानुभूति दिखा देंगे पैसों के न सवाल सब तो वड्डा के पी सिंह जी ये है कि ये सिस्टम पंजाब दे विचो कदों खत्म होगा पैसे नाल क्यों तोलिया जाता गरीब नूं मैं तो मोगे बिल्कुल मैं तो मोगे वाले बस कांड की भी गल करदा वो भी पैसे नाल ही तोलिया हिधारनी साहब आज की सरकार वाले भी याद करा करो भुल जाने तुसीं मैं हमेशा कहना जदों ज्योति विरोध चुने हो तुहानूं सब कुछ याद हुंदा भुलदा मैं इसका भी जवाब दे सकदा एक मिनट रोजो कैन साहब पैसे नाल क्यों तोलिया जा रहा मनुखी जान नूं है जिहड़ा पैसे नाल तोल के पासे रख दिता जांदा गरीब लाचार है बेवस है और उसकी किसी पासे सुनवाई नहीं है क्योंकि जिहड़ा समझौता करन वालेयां दा टोला हुंदा है जदों कदे इहो जिहा इंसीडेंट वापरदा है तो उहदे नाल ही उह लोक भी सरगर्म हो जांदे ने जिहड़े लोक इहनां नूं कहिंदे ने कुछ लै दे के अपना निपटा लओ क्योंकि जिस तरीके नाल इह बच्चे दा इंसीडेंट होया इह अज नहीं इस तों पहलां कई बच्चियां दे नाल बलात्कार होया उत्थे कैप्टन अमरिंदर सिंह जी चुप ने कईआं नूं निर्वस्त्र करके पिंड च घुमाया गया उत्थे उहनां दा कोई ट्वीट नहीं आंदा और जदों ये इस करके कि आवाम है जिहड़ा वो खड़ा होण लग्गिया सड़कां ते आया तां सरकार जागी तां आनन फानन दे विच लै दे के इहनूं निपटाण दे चक्कर च ने कि ये लै लो असीं ये कर लवांगे क्योंकि सुप्रीम कोर्ट ने काफ़ी समा पहला ये कहा सी कि फास्ट ट्रैक कोर्ट बनाओ पार्लियामेंट ने भी रेजोल्यूशन पास करिया वा ते लेकिन इस दे उत्ते किसी का कोई गौर नहीं किया कुछ नहीं किया क्योंकि जदों कदे अजिही घटना वापरदी है उस तो बाद जिहड़ियां सरकारां जागदियां फिर बाद विच सोच हो जांदियां ने क्योंकि लोग जिहड़े ने लोगों ने अपनियां जथेबंदियां बना लिया जथेबंदियां डिमांडां रखदियां डिमांडां नहीं उहदा सल्यूशन नहीं कढ रहीआं क्योंकि उन्होंने ये बना लिया कोई कहिंदा जी 25 लाख दे दो कोई कहिंदा 50 लाख दे दो लेकिन इंसानियत का कतल होया उस इंसानियत के कतल नूं अगे नूं ना होए उस नूं रोकण दे लई लॉ एंड ऑर्डर ते कोई बहस नहीं है कोई जिहड़ा इन्हां दी नैकलीजेंसी है एडमिनिस्ट्रेशन दी उहदे ते कोई बहस नहीं है इस विच किसे भी बंदे नूं दोषी नहीं ठहराया गया जिन्हां बंदे कोई मुढ़ली कार्रवाई नहीं हजे तक होई कुछ नहीं होया उह तां सिर्फ बंदे फड़े उहनां दा रिमांड लिया रिमांड लै के इक आनन फानन दे विच खाना पूर्ती है कि भी इह कर लिया असीं चलान पेश कर देवांगे असीं उह कर लेकिन इहदा प्रोपर चैनल अगर सरकार इहदे प्रति संजीदा हुंदी तां इस नूं बड़ा तरीके नाल सुलझाया जांदा और हमदर्दी दी भावना उरे तो सौदेबाजी की भावना क्योंकि लैके जाते लैके उ गल कर ली उ बिठा के कल तक परिवार 50 लाख करता थी हूँ 20 लाख से समझौता कर गया उस परिवार को नौकरी मिलनी वो मिलनी है क्योंकि जिहड़े अनुसूचित जातियां लई कानून बने ने उह कानूनां च प्रोविजन है कि इन्हां दी माली मदद भी होगी इन्हां नूं सरकारी नौकरी भी मिलेगी लेकिन सरकार दा उस पासे कोई ध्यान नहीं सरकार ने जिहड़ी पहलां माली मदद कही सी 8.25 लाख उह किहड़े खाते उह सेंटर स्पोंसर स्कीम है स्टेट दा उहदे च कोई लागा देगा कोई हिस्सा नहीं उहदे च स्टेट दा कोई लागा देगा नहीं है उह सेंटर स्पोंसर स्कीम है कि जिहड़ा अनुसूचित जाति समाज का बंदा है उस समाज का कतल हो जाए या होर किसी कारण दे उन्हें 8.5 लाख रुपए की वित्तीय मदद मिलती है वो केंद्र सरकार तो मिलती है और स्टेट की नहीं क्योंकि कल मंत्री जी जदों कह रहे थे बड़ा हासोहीणी बयान दे रहे थे क्योंकि उहदे च राजकुमार वेरका जी भी गए राजकुमार चब्बेवाल जी भी गए साधु सिंह खुद कमीशन च रहे हाँ उन्होंने मैं तो आप हस रहा है कि भी ये बंदे की कर रहे हैं अज इन्हां दी सरकार है तो इसनों गोल मोल गल करन दी कोशिश कर रहे हैं तो ये जिहड़ा सारा तरीका है कि लोगों गुमराह करके क्योंकि गुमराह करके लोगों के बीच इस तरह की क्योंकि इन्होंने इस जिहड़ी घटना वापरी है इस तो पहला भी दो घटना वापरी ये तो भी सरकार ने कोई सबक नहीं सीखा इसे समेटने की कोशिश की है छोटा ब्रेक लेना मैं रसमीत जी वापस आ रहा मैं जगमेल के कतल तो बाद सीखांगे की इस तो पहला भी कांड हुए है कतलकांड होया उन्हां तो की सीखा जिहड़ी बहस कैन साहब चाहते हैं कि बहस होनी चाहिए है फास्ट ट्रैक कोर्ट या जिहड़े होर सुप्रीम कोर्ट ने हुक्म दिते हुए आ उन्हां हुक्मां की पालना किहड़ी सरकार करती है तो कदों तक करती है सवाल वो हैगा वड्डा इस सवाल के विचाले जदों पुछया जांदा है कि इंसाफ कदों मिलेगा उदों ये चिट्ठी दे विच समझौते दे दस्तखत दिखा दिते जांदे आ मंत्री साहिबाना दे पीड़ित परिवार दे ये चिट्ठियां लैके असीं कदों तक घुमदे रहांगे सवाल यह हैगा बहस नूं किहड़ा सिस्टम है जिहड़ा वो
दस रहा है कि दिशा जरा तय कर रहा है। सवाल यह है साडा मीडिया भी उस विच जिम्मेवार है, साडा मीडिया भी उन्होंने सवालों दब रहा है, पर वह सवाल दबे नहीं जाएंगे। मैं पूछूंगा जरूर, ब्रेक तो वापस आ रहा। ਸਵਾਲਿਕੋ ਭੂਸ਼ਣ, ਜਗਮੇਲ ਕਤਲਕਾਂਡ ਤੋਂ ਬਾਅਦ ਪੰਜਾਬ ਵਿੱਚ ਬਹਿਸ ਦੀ ਦਿਸ਼ਾ ਕਿਹੜਾ ਸਿਸਟਮ ਤੈਅ ਕਰ ਰਿਹਾ ਹੈਗਾ? ਇਸ ਸਵਾਲ 'ਤੇ ਵਾਪਸ ਆਏ ਪ੍ਰਸਮਨਜੀਤ ਸਿੰਘ, ਇੱਕ ਮਿੰਟ ਮਾਰ ਰਿਹਾ ਇਹਦੀ। ਸੁਦੇਵ ਸਿੰਘ ਰੋਪੜ, ਅਕਸਰ ਤੁਸੀਂ ਕੋਰਟਾਂ ਵਿੱਚ ਬੜੇ ਕੇਸ ਲੜੇ ਆ, ਮੈਨੂੰ ਜਿੱਥੇ ਤੱਕ ਜਾਣਕਾਰੀ ਹੈਗੀ ਆ, ਇਸ ਚਿੱਠੀ ਪੱਤਰ ਦੀ ਕੋਈ ਵੈਲਿਊ ਹੈ ਅਦਾਲਤੀ? ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਹੈ, ਬਿਲਕੁਲ ਹੈ। ਇਹਦੇ 'ਚ ਮੰਤਰੀਆਂ ਦੇ ਹਸਤਾਖਰ ਹੈ, ਪੀੜਤ ਪਰਿਵਾਰ ਦੇ ਹਸਤਾਖਰ ਹੈ, ਵੈਲਿਊ ਹੈ? ਬਿਲਕੁਲ ਹੈ। ਕਹਿਣ ਸਾਹਿਬ, ਵੈਲਿਊ ਹੈ? ਪ੍ਰਸ਼ਾਸਨਿਕ ਤੌਰ 'ਤੇ ਇਸ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ। ਜੋ ਇਹਨਾਂ ਨੇ ਅੱਜ ਬੈਠ ਕੇ ਸਮਝੌਤਾ ਕੀਤਾ, ਲਾਲਚ ਵਿੱਚ ਬਸ ਪਾ ਕੇ ਕੀਤਾ, ਚਾਹੇ ਦਬਾ ਕੇ ਕੀਤਾ, ਇਸ ਦੀ ਕੋਈ ਕ੍ਰੈਡੀਬਿਲਟੀ ਨਹੀਂ ਸਰ। ਬਿਲਕੁਲ ਨਹੀਂ ਜੀ, ਮੈਂ ਤਾਂ ਕਹਿੰਦਾ ਜਦੋਂ ਇਸ ਤਰ੍ਹਾਂ ਦੇ ਸਮਝੌਤੇ ਹੋਏ ਕਰਦੇ ਆ, ਜੇ ਸਟੇਟ ਵਰਸਿਸ ਜਿਹੜਾ ਇਹਨਾਂ ਦਾ ਸਮਝੌਤਾ ਹੋ ਰਿਹਾ, ਤਾਂ ਚੀਫ ਸੈਕਟਰੀ ਜਾਂ ਸੈਕਟਰੀ ਲੈਵਲ ਦਾ ਕੋਈ ਬੰਦਾ ਆਥੋਰਾਈਜ਼ਡ ਬਾਈ ਦਾ ਗਵਰਨਮੈਂਟ ਆਉਂਦਾ, ਜੋ ਇਹ ਤਾਂ ਸਾਰੇ ਪੰਚਾਇਤੀ ਇਕੱਠੇ ਕਰੇ ਵੇ। ਦੇਖੋ ਇਹ ਤੇ ਇਹ ਸਵਾਲ ਹੋਣਾ ਚਾਹੀਦਾ ਡਿਬੇਟ 'ਚ? ਨਹੀਂ, ਬਿਲਕੁਲ ਸਵਾਲ ਤੇ ਹੈਗਾ ਵੀ ਹੈਗਾ ਟੈਕਨੀਕਲੀ, ਤੇ ਜਿਹੜੇ ਧਾਰਨੀ ਸਾਹਿਬ ਲੀਗਲੀ ਇਹਨੂੰ ਜ਼ਿਆਦਾ ਇਹਦੀ ਵੈਲਿਊ ਕੀ ਹੈ ਜਾਂ ਇਹ ਬਿਲਕੁਲ ਇੱਕ ਫਾਰਸ ਹੈਗਾ, ਉਹ ਦੱਸਣਗੇ। ਪਰ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ਿਆਦਾ ਦਬਾਅ ਰਾਜਨੀਤਿਕ ਇੰਨਾ ਬਣ ਗਿਆ ਸੀ ਕਿ ਗੱਲ ਬਹੁਤ ਰਾਜਨੀਤਿਕ ਤੌਰ 'ਤੇ ਵੱਡੇ ਪੱਧਰ 'ਤੇ ਜਾ ਸਕਦੀ ਸੀ, ਅਤੇ ਉਹਨਾਂ ਨੇ ਸੋਚਿਆ ਕਿ ਇਕਦਮ ਇਹਨੂੰ ਕਿਵੇਂ ਨਾ ਕਿਵੇਂ ਇਕਦਮ ਕੋਈ ਨਾ ਕੋਈ ਸਮਝੌਤਾ ਕਰਕੇ ਇਹਨੇ ਵੇ ਆਪਣੇ ਵੱਲੋਂ ਕ੍ਰੈਡਿਟ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਰਾਜਨੀਤਿਕ ਲੋਕ ਕਰਦੇ ਆ, ਅਤੇ ਉਹਨਾਂ ਨੇ ਦੇਖਿਆ ਕਿ ਦੇਖੋ ਅਸੀਂ ਕਿੰਨਾ ਉਹਨਾਂ ਲਈ ਉਸ ਕਿਸਮ ਦਾ ਇਹ ਰਾਜਨੀਤਿਕ ਸਮਝੌਤਾ ਹੋਇਆ, ਇਹ ਜਿਹੜਾ ਉਹ ਜਿਹੜਾ ਗਵਰਨਮੈਂਟ ਟੂ ਐਡਮਿਨਿਸਟ੍ਰੇਟਿਵ ਸਮਝੌਤਾ ਉਸ ਕਿਸਮ ਦਾ ਨਹੀਂ ਹੈ। ਦੋ ਗੱਲਾਂ ਬੜੀਆਂ, ਇੱਕ ਤਾਂ ਜਿਹੜੀ ਕੈਨ ਸਾਹਿਬ ਇਹ ਕਹਿ ਰਹੇ ਆ ਕਿ ਜਿਹੜੀ ਫਾਸਟ ਟਰੈਕ ਜਿਹੜੀਆਂ ਕੋਰਟਾਂ ਆਉਣੀਆਂ ਚਾਹੀਦੀਆਂ, ਕੋਰਟਾਂ ਤੱਕ ਕਿਹੜਾ ਪਹੁੰਚਦਾ? ਕੋਰਟਾਂ ਦੇ ਵਿਟਨੈਸ ਜਿਹੜੇ ਆ ਭੀਮਟਾ ਕੇਸ ਦੇ ਵਿੱਚ ਵਿਟਨੈਸ ਨੂੰ ਮੁਕਰਾ ਦਿੱਤਾ ਜਾਂਦਾ, ਉਹਨਾਂ ਕੋਲ ਪੈਸਾ, ਇਹਨਾਂ ਨੂੰ ਦਬਾ ਦਿੱਤਾ ਜਾਂਦਾ, ਕੇਸ ਕਮਜ਼ੋਰ ਪਹਿਲਾਂ ਹੀ ਬਣਾਇਆ ਜਾਂਦਾ, ਇਹ ਇੰਨਾ ਸੌਖਾ ਨਹੀਂ ਆ ਕੋਰਟਾਂ ਨੇ। ਇਸੇ ਤਰੀਕੇ ਨਾਲ ਐਸ ਸੀ ਐਸ ਟੀ ਕਮਿਸ਼ਨ ਬਣੇ ਹੋਏ ਆ, ਉਹ ਇਹਨਾਂ ਦੀ ਪ੍ਰੋਟੈਕਸ਼ਨ ਲਈ ਆ, ਪਹਿਲਾਂ ਇਕੱਠੇ ਸੀ ਹੁਣ ਅਲੱਗ ਬਣ ਗਏ ਆ। ਹਿਊਮਨ ਰਾਈਟਸ ਕਮਿਸ਼ਨ ਹੈਗੇ ਆ, ਉਹਨਾਂ ਦਾ ਸਵਾਏ ਵਾਈਟ ਐਲੀਫੈਂਟ ਤੋਂ ਕੁਝ ਕੁ ਲੋਕਾਂ ਨੂੰ ਜੌਬ ਦੇਣ ਅਤੇ ਕੁਝ ਫਿਰ ਅਕੋਮੋਡੇਟ ਕਰਨ ਤੋਂ ਕੋਈ ਕੰਮ ਨਹੀਂ ਹੈ। ਠੀਕ ਹੈ, ਮਾੜੇ ਮੋਟਾ ਅਸਰ ਉਹਨਾਂ ਦਾ ਹੈਗਾ, ਪਰ ਉਹਨਾਂ ਕੋਲ ਕੋਈ ਵੀ ਕਿਸਮ ਦੀ ਕਿਸੇ ਨੂੰ ਪੁਲਿਸ ਵਾਲੇ ਨੂੰ ਕੁਝ ਕਹਿ ਦੇਣਾ, ਉਹ ਬੈਕ ਰੈਫਰ ਕਰਦੇ ਆ ਉਸੇ ਪੁਲਿਸ ਕੋਲ ਜਿਹਨੇ ਪੁਲਿਸ ਨੇ ਪਹਿਲਾਂ ਰਾਜਨੀਤਿਕ ਲੋਕਾਂ ਨਾਲ ਰਲ ਕੇ ਉਹਨਾਂ ਲੋਕਾਂ ਨੂੰ ਦਬਾਇਆ ਹੁੰਦਾ, ਬੈਕ ਰੈਫਰ। ਹਿਊਮਨ ਰਾਈਟਸ ਵੀ ਉਹਨਾਂ ਨੂੰ ਬੈਕ ਰੈਫਰ ਕਰਦਾ ਆ ਕਿ ਦੇਖੋ ਜੀ ਉੱਥੇ ਇਨਵੈਸਟੀਗੇਸ਼ਨ ਕਰੋ ਕੀ ਬਣਿਆ, ਉਹ ਗੋਲ ਮੋਲ ਕਰਕੇ ਸਾਰਾ ਕੁਝ ਠੰਡ ਡੰਡੋਲਾ। ਇਹੋ ਜਿਹਾ ਸਮਝੌਤਾ ਥੱਲੇ ਲੈਵਲ 'ਤੇ ਫਿਰ ਹੋ ਜਾਂਦਾ, ਲਓ ਜੀ ਹੁਣ ਤਾਂ ਹਿਊਮਨ ਰਾਈਟਸ ਦਾ ਆ ਗਿਆ, ਐਸ ਸੀ ਕਮਿਸ਼ਨ ਦਾ। ਇਸ ਕਰਕੇ ਜੇ ਦਲਿਤ ਨੂੰ ਉਹਦੀ ਪ੍ਰਸਥਿਤੀ ਤੋਂ ਉੱਪਰ ਚੁੱਕਣਾ, ਤਾਂ ਉਹਦਾ ਇੱਕੋ ਇੱਕ ਤਰੀਕਾ ਸੀਗਾ, ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਸਸ਼ਕਤ ਕੀਤਾ ਜਾਂਦਾ। ਜਿਹੜੀ ਹੁਣ ਵਾਲੀ ਰੈਜ਼ਰਵੇਸ਼ਨ ਆ, ਰਾਜਨੀਤੀ ਦੀ ਰੈਜ਼ਰਵੇਸ਼ਨ, ਦੂਜੀਆਂ ਰੈਜ਼ਰਵੇਸ਼ਨ ਠੀਕ ਹੈ ਐਜੂਕੇਸ਼ਨ ਅਤੇ ਇੰਪਲਾਇਮੈਂਟ ਦੇ ਵਿੱਚ, ਰਾਜਨੀਤੀ ਦੀ ਰੈਜ਼ਰਵੇਸ਼ਨ ਬਿਲਕੁਲ ਫੇਲ ਹੋਈ ਹੈ। ਉਹ ਹੀ ਡੋਮੀਨੈਂਟ ਪਾਰਟੀਆਂ ਦੇ ਜਿਹੜੇ ਦੂਸਰੇ ਲੋਕ ਆ, ਪ੍ਰਭਾਵ ਕਰਨ ਵਾਲੇ ਲੋਕ ਆ, ਜਿਹੜੇ ਤਾਕਤਵਰ ਲੋਕ ਆ। ਸਮਝੀ ਸਿੰਘ, ਦਲਿਤਾਂ ਦੇ ਕਿਹੜੇ ਲੀਡਰ ਵੱਡੇ ਨਹੀਂ ਹੋਏਗੇ? ਪੰਜਾਬ 'ਚ ਠੀਕ ਹੈ, ਪੰਜਾਬ 'ਚ ਕੋਈ ਦਲਿਤ ਦਾ ਮੁੱਖ ਮੰਤਰੀ ਨਹੀਂ ਬਣਿਆ ਹੈਗਾ, ਠੀਕ ਹੈ ਤੁਹਾਡੀ ਗੱਲ, ਮੈਂ ਉਸ ਨਾਲ ਇਤਫਾਕ ਰੱਖ ਸਕਦਾ, ਪਰ ਸਮਝੀਤ ਸਿੰਘ ਦਲਿਤਾਂ ਦੇ ਵੀ ਵੱਡੇ ਲੀਡਰ ਹੋਏ ਆ, ਉਹਨਾਂ ਲੀਡਰਾਂ ਨੇ ਕੁਛ ਨਹੀਂ ਕੀਤਾ? ਉਹ ਲੀਡਰ ਨਾਲ ਰਲ ਗਏ ਜਿਨ੍ਹਾਂ ਦੇ ਨਾਲ ਨਹੀਂ ਸੀ ਰਲਣਾ ਚਾਹੀਦਾ, ਭੇਜਿਆ ਕਿਸੇ ਕੰਮ ਹੋਰ ਲਈ, ਕਰਦੇ ਕੁਛ ਹੋਰ। ਕਹਿਣ ਸਾਹਿਬ, ਸਵਾਲ ਤਾਂ ਫਿਰ ਦਲਿਤ ਲੀਡਰਸ਼ਿਪ 'ਤੇ ਵੀ ਆਉਂਦਾ, ਮੈਂ ਤਾਂ ਦਲਿਤ ਦਾ ਮੁੱਦਾ ਉਭਾਰਨਾ ਨਹੀਂ ਚਾਹੁੰਦਾ ਸੀਗਾ, ਪਰ ਜਦੋਂ ਇਹ ਸਵਾਲ ਆ ਰਹੇ ਆ, ਇਹਦਾ ਮਤਲਬ ਦਲਿਤ ਲੀਡਰਸ਼ਿਪ ਹੈ, ਉਹਨਾਂ ਵੀ ਦਲਿਤਾਂ ਦੇ ਸੁਧਾਰ ਲਈ ਕੁਛ ਨਹੀਂ ਕੀਤਾ? ਸ਼ੈਡਿਊਲ ਕਾਸਟਾਂ ਦੀ ਜਿਹੜੀ ਲੀਡਰਸ਼ਿਪ ਹੈ, ਉਹ ਜਿਹੜੀ ਹੈ ਪਾਰਟੀ ਦੀ ਲੀਡਰਸ਼ਿਪ ਹੈ, ਉਹ ਆਵਾਮ ਦੀ ਸ਼ੈਡਿਊਲ ਕਾਸਟ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ। ਜੇ ਉਹਨਾਂ 'ਚ ਲੀਡਰ ਹੋਏ ਨੇ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਹੋਏ ਨੇ, ਸਾਹਿਬ ਕਾਸ਼ੀ ਰਾਮ ਜੀ ਹੋਏ ਨੇ, ਜਿਹੜੇ ਮਾਸ ਲੀਡਰ ਰਹੇ ਨੇ। ਇਹ ਜਿਹੜੇ ਲੋਕ ਨੇ ਕਿ ਇਹਨਾਂ ਲੀਡਰਾਂ ਨੂੰ ਆਪਣੇ ਆਪ ਦਾ ਹੀ ਨਹੀਂ ਪਤਾ, ਕਿਉਂਕਿ ਕਿਸੇ ਕੰਸਟੀਚੁਐਂਸੀ 'ਚ ਆਉਂਦਾ, ਪੂਰੇ ਪੰਜਾਬ ਨੂੰ ਉਹ ਕਦੇ ਦੇਖੇ ਹੀ ਨਹੀਂ ਉਹਨਾਂ ਨੇ ਕਦੇ ਘੁੰਮ ਕੇ, ਕਿ ਵੀ ਇਹ ਕਿਸੇ ਏਰੀਆ ਦਾ ਸਮਾਜਿਕ ਸੁਧਾਰ ਦੀ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਸੀਗੀ ਜੀ, ਅਤੇ ਇੱਕ ਗੱਲ ਤੁਸੀਂ ਕਹੀ ਸੀਗੀ ਫਾਸਟ ਟਰੈਕ ਕੋਰਟ ਸੀ, ਦਸਾਂ ਮਨਜੀਤ ਸਿੰਘ ਨੇ ਫਾਸਟ ਟਰੈਕ ਕੋਰਟ ਦੀ ਤੁਹਾਡੀ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਸਮਾਜਿਕ ਸੁਧਾਰ ਜਾਂ ਇਹਨਾਂ ਵਿੱਚ ਸ਼ਕਤੀ ਆ ਜਿਹੜੀ ਵਧਾਉਣੀ ਪਊਗੀ ਦਲਿਤਾਂ ਦੇ ਵਿੱਚ, ਤਾਂ ਹੀ ਸੁਧਾਰ ਹੋ ਸਕਦਾ। ਫਾਸਟ ਟਰੈਕ ਦਾ ਮਤਲਬ ਹੈ ਕਿ ਦੇਸ਼ ਦੇ ਵਿੱਚ ਵਿਦ ਇਨ ਵੀਕ 20 ਡਿਸੀਜਨ ਹੋਏ ਨੇ, ਉੱਥੇ ਕਿਸੇ ਨੂੰ ਮੈਨੂਪੁਲੇਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਅਗਰ ਸਰਕਾਰਾਂ ਦੀ ਨੀਅਤ ਸਾਫ਼ ਹੋਵੇ ਔਰ ਪ੍ਰਸ਼ਾਸਨਿਕ ਤੌਰ 'ਤੇ ਉਸਨੂੰ ਵਧੀਆ ਤਰੀਕੇ ਨਾਲ ਹੈਂਡਲ ਕਰ ਲਿੱਤਾ ਜਾਵੇ ਤਾਂ ਰਿਜ਼ਲਟ ਆਉਂਦੇ ਨੇ, ਔਰ ਨਿਰਭੈ ਕਾਂਡ ਦੇ ਵਿੱਚ ਰਿਜ਼ਲਟ ਆਏ, ਔਰ ਹੋਰ ਜਿਹੜੇ ਨੇ ਬੱਚਿਆਂ ਨਾਲ ਰੇਪ ਅਟੈਂਪਟ ਹੁੰਦੇ ਨੇ ਉਹਨਾਂ ਦੇ ਵਿੱਚ, ਜਿਹੜੇ ਛੋਟੇ ਬੱਚੇ ਨੇ ਜਿਹੜੇ 10 ਸਾਲ ਦੇ 12 ਸਾਲ ਦੀ ਬੱਚੀਆਂ ਨਾਲ ਰੇਪ ਹੋਏ ਨੇ, ਉਹਨਾਂ ਲੋਕਾਂ ਨੂੰ ਸਜ਼ਾ ਮਿਲੀ ਆ, ਕਿਉਂਕਿ ਉਹਨੂੰ ਮੈਨੂਪੁਲੇਟ ਕਰਨ ਦੀ ਕੋਸ਼ਿਸ਼ ਨਹੀਂ ਮਿਲੀ। ਅਗਰ ਸਰਕਾਰ ਜਦੋਂ ਪ੍ਰਲੋਂਗ ਕਰ ਦਿੰਦੀ ਹੈ ਤਾਂ ਉਹ ਜਿਹੜੇ ਗਵਾਹ ਮੁਕਰਾਉਣ ਦੇ ਵਿੱਚ, ਉਹਨਾਂ ਨੂੰ ਲਾਲਚ ਦੇ ਕੇ ਆਪਣੀ ਫੇਵਰ 'ਚ ਕਰਨ 'ਚ ਉਹ ਕਰ ਸਕਦੇ ਨੇ। ਫਾਸਟ ਟਰੈਕ ਕੋਰਟ ਦਾ ਮਾਇਨੇ ਹੈ ਕਿ ਮਨਜੀਤ ਸਿੰਘ ਜੀ ਸਾਡੇ ਤੋਂ ਸਿਆਣੇ ਨੇ, ਸਮਝਦਾਰ ਨੇ, ਲੇਕਿਨ ਫਾਸਟ
ਟਰੈਕ ਕੋਡ ਦਾ ਮਾਇਨੇ ਆ ਔਰ ਉਹਦੇ ਰਿਜ਼ਲਟ ਜਿਹੜੇ ਨੇ ਉਹ ਵਧੀਆ ਆ ਸਕਦੇ ਨੇ। ਤੁਹਾਨੂੰ ਇਹ ਖਦਸ਼ਾ ਹੈ ਕਿ ਗਵਾਹ ਮੁਕਰਾਏ ਜਾ ਸਕਦੇ ਆ? ਹਾਂ, ਮੁਕਰਾਏ ਜਾਂਦੇ ਨੇ। ਆ ਭੀਮਟਾਂਗ ਕਾਂਡ ਦੇ ਵਿੱਚ ਬੰਦ ਸਿੰਘ ਜੱਬਰ ਵਾਲੇ ਦੇ ਹੋਰ ਵੀ ਜਿਹੜੇ ਰੇਪ ਅਟੈਂਪਟ ਹੁੰਦੇ ਨੇ ਉਹਨਾਂ ਵਿੱਚ ਸਾਰਿਆਂ 'ਚ। ਤਾਨੀ ਸਾਹਿਬ, ਤੁਹਾਡੀ ਪਾਰਟੀ ਕਹਿੰਦੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਇਸ ਪਰਿਵਾਰ ਦੇ ਨਾਲ ਰਲ ਕੇ। ਬਿਲਕੁਲ ਲੜਾਂਗੇ। ਤੇ ਜਦੋਂ ਇੱਥੇ ਇਹ ਸਵਾਲ ਹੁੰਦਾ ਕਿ ਭੀਮਟਾਂਗ ਵਰਗੇ ਕਾਂਡ ਦੇ ਵਿੱਚ ਵੀ ਗਵਾਹ ਮੁਕਰਾਏ ਗਏ ਆ, ਉਦੋਂ ਕਹਿੰਦੀ ਭੂਮਿਕਾ ਫਿਰ? ਨਹੀਂ, ਬਿਲਕੁਲ ਦੇਖੋ, ਮੈਂ ਦੂਸਰੇ ਪਾਸੇ ਨੂੰ ਠੀਕ ਹੈ ਕਿ ਅਸੀਂ ਇਹ ਕਿਹਾ ਕਿ ਉਸਦੀ ਜਿਹੜੀ ਹੈਗੀ ਇਸ ਪਰਿਵਾਰ ਦੀ ਅਸੀਂ ਹੈਲਪ ਕਰਾਂਗੇ। ਦੇਖੋ, ਮੈਂ ਇੱਕ ਗੱਲ 'ਤੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੁੰਦਾ ਕੈਂਤ ਸਾਹਿਬ ਨੂੰ, ਮੇਰਾ ਵੀ ਬਹੁਤ ਲੰਬਾ ਤਜਰਬਾ ਹੋਇਆ ਦਿੱਲੀ ਦੇ ਵਿੱਚ। ਬਰੀਫ, ਮੈਨੂੰ ਤਾਂ ਕਲੀਅਰ ਕਰ ਦਿਓ, ਵਾਰ ਵਾਰ ਭੀਮਟਾਂਗ ਦਾ ਜ਼ਿਕਰ ਕਰ ਰਹੇ ਆ। ਮੈਂ ਤੁਸੀਂ ਭੀਮਟਾਂਗ ਦਾ ਜ਼ਿਕਰ ਨਹੀਂ ਕਰ ਰਹੇ, ਮੈਂ ਕਹਿੰਦਾ ਵੀ ਬਿਲਕੁਲ ਉਹਦੇ ਵਿੱਚ ਗਲਤ ਹੋਇਆ, ਨਜਾਇਜ਼ ਹੋਇਆ। ਹੁਣ ਗਵਾਹ ਕਿੰਨੇ ਮੁਕਰਾਤੇ? ਕਿਸੇ ਨੇ ਮੁਕਰਾਤੇ, ਦੂਜੀ ਪਾਰਟੀ ਨੇ ਮੁਕਰਾਤੇ, ਇੱਥੇ ਵੀ ਮੁਕਰਾਏ ਜਾ ਸਕਦੇ, ਇਹਦੇ ਵਿੱਚ ਵੀ ਮੁਕਰਾਏ ਜਾ ਸਕਦੇ। ਪਰ ਮੇਰਾ ਇੱਕ ਬੇਨਤੀ ਸੁਣ ਲਓ, ਫਟਾਫਟ ਪਲੀਜ਼। ਇਹਦੇ ਵਿੱਚ ਜਿੱਥੇ ਵੀ ਫਾਸਟ ਟਰੈਕਾਂ ਵਾਲੀ ਕੋਰਟ ਹੁੰਦੀ ਹੈ ਨਾ, ਫਾਸਟ ਟਰੈਕ ਦਾ ਕੋਰਟ ਦਾ ਮਤਲਬ ਕੋਈ ਫੈਸਲੇ ਕਰਨਾ ਨਹੀਂ ਹੁੰਦਾ, ਜਸਟਿਸ ਕਰਨਾ ਹੁੰਦਾ। ਜਸਟਿਸ ਔਰ ਫੈਸਲੇ ਦੋਵਾਂ ਦੇ ਵਿੱਚ ਫਰਕ ਹੈ। ਦੇਖੋ, ਮੈਂ ਤੁਹਾਨੂੰ ਦੱਸਦਾ, ਜਦੋਂ ਦਿੱਲੀ ਰੇਪ ਕੇਸ ਹੋਇਆ ਨਾ, ਉਸ ਤੋਂ ਬਾਅਦ ਜਿਹੜੇ ਹੈਗੇ ਇਹਨਾਂ ਨੇ ਆਨੰਦ ਫਾਨੰਦ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਲਾਅ ਦੇ ਵਿੱਚ ਬਦਲਾਵ ਕਰਤੇ। ਉਹਨਾਂ ਟਾਈਮਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕ ਸੈਸ਼ਨ ਕੋਰਟ ਨੇ ਫਾਸਟ ਟਰੈਕ ਦੇ ਵਿੱਚ 7 ਦਿਨ ਦੇ ਵਿੱਚ ਰੇਪ ਦਾ ਕੇਸ ਹੈ ਜਿਹੜਾ ਡਿਸਾਈਡ ਕਰਕੇ ਪਰੇ ਮਾਰਿਆ ਔਰ ਅਖਬਾਰਾਂ ਦੇ ਵਿੱਚ ਕਰਤਾ, ਮੈਂ 7 ਦਿਨ ਚ ਕੇਸ ਕਰਤਾ। ਇਸ ਦਾ ਹੱਲ ਹੋ ਸਕਦਾ ਹੀ 7 ਦਿਨਾਂ ਵਿੱਚ? ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ, ਜੇ ਜਸਟਿਸ ਕਰਨਾ। ਹਾਂ ਠੀਕ ਹੈ, ਜੇ ਜਸਟਿਸ ਕਰਨਾ ਠੀਕ ਹੈ। ਹਾਂ, ਰੋਸਰੇ ਸਰ, ਉੱਪਰ ਲਾਸਟ ਪੁਆਇੰਟ ਤੁਹਾਡੇ ਫਟਾਫਟ। ਨਹੀਂ, ਮੈਂ ਤਾਂ ਇੱਕ ਗੱਲ ਹੈ, ਮੈਂ 2-3 ਚੀਜ਼ਾਂ ਜਿਹੜੀਆਂ ਨੇ ਜ਼ਰੂਰ ਧਾਰਨੀ ਸਾਹਿਬ ਦੀਆਂ ਕਰੈਕਟ ਕਰਨੀਆਂ ਚਾਹੂੰਗਾ ਵੀ ਜਦੋਂ ਬੰਦਾ ਕੋਈ ਗੱਲ ਕਰਦਾ ਨਾ, ਉਹ ਆਪਦੀ ਪੂਰੀ ਥੱਲੇ ਜ਼ਰੂਰ ਸੋਟਾ ਫੇਰਨਾ ਚਾਹੀਦਾ, ਚਾਹੇ ਅੱਜ ਤੱਕ ਉਹ ਔਰਬਿਟ ਦੀਆਂ ਬੱਸਾਂ ਵਾਲਾ, ਚਾਹੇ ਉਹ ਮੋਗੇ ਵਾਲਾ ਕਾਂਡ ਹੋਵੇ, ਚਾਹੇ ਉਹ ਰੋਪੜ ਦੇ ਸਿੰਘ ਵਾਲਾ ਕਾਂਡ ਹੋਵੇ, ਕੋਈ ਨਹੀਂ ਭੁੱਲਿਆ ਔਰ ਕੀ ਹੋਇਆ। ਔਰ ਬੱਸਾਂ ਦੇ ਨਾਲ ਵਿੱਚੋਂ ਮਾਰੇ ਜਾਂਦੇ ਆ, ਉਸ ਤੋਂ ਬਾਅਦ ਸਰਕਾਰੀ ਖਜ਼ਾਨੇ 'ਚੋਂ ਪੈਸੇ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਅਗਲੀ ਗੱਲ, ਜਿਹੜੇ ਭੀਮਟਾਂਗ ਵਾਲੇ ਦੀ ਗੱਲ ਕਰਦੇ ਆ ਵੀ ਹੋਇਆ ਹੋਊਗਾ, ਹੋਇਆ ਨਹੀਂ। ਉਸ ਤੋਂ ਬਾਅਦ ਜਿਹੜਾ ਉਹ ਭੀਮਟਾਂਗ ਦਾ ਕਾਤਲ ਹੈ, ਉਹ ਸ਼ਿਵਲਾਲ ਡੋਡਾ ਜੇਲ੍ਹ ਦੇ ਵਿੱਚ 25 ਆਫਿਸਰ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਸੀ, 25 ਅਹੁਦੇਦਾਰ ਉਦੋਂ ਦਰਬਾਰ ਲਾਉਂਦਾ, ਉਹਨਾਂ ਨਾਲ ਬੈਠ ਕੇ ਫੈਸਲਾ ਕਰਦਾ ਇਲੈਕਸ਼ਨ ਕਿਵੇਂ ਲੜਨ ਅਗਲਾ। ਇਸ ਕਰਕੇ ਜਦੋਂ ਇਹੋ ਜਿਹੀਆਂ ਜਦੋਂ ਇਹੋ ਜਿਹਾ ਵਰਤਾਰਾ ਕੀਤਾ ਹੋਵੇ, ਜਦੋਂ ਉਹ ਇਹ ਗੱਲਾਂ ਕਰਦੇ ਆ, ਖੈਰ ਮੈਨੂੰ ਲੱਗਦਾ ਨਹੀਂ ਕਰਨੀਆਂ ਚਾਹੀਦੀਆਂ। ਮੈਂ ਅੱਜ ਇਸ ਗੱਲ 'ਚ ਪਹਿਣਾ ਨਹੀਂ ਸੀ ਚਾਹੁੰਦਾ, ਪਰ ਧਾਰਨੀ ਸਾਹਿਬ ਨੇ ਚੁੰਡੀਆਂ ਵੱਢ ਕੇ ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ ਭਾਈ ਸਾਹਿਬ, ਤੁਸੀਂ ਆਪਣੀ ਗੱਲ ਰੱਖੀ, ਮੈਂ ਆਪਣੀ ਚੁੱਪ ਰੱਖ ਕੇ ਸੁਣੀ ਗਿਆ। ਮੈਂ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਵੀ ਅਸੀਂ ਵੀ ਜਿਹੜੀ ਹੈਗੀ ਆ ਵੀ, ਮੈਂ ਫਿਰ ਅਗਲੀ ਗੱਲ ਕਰਦਾ ਵੀ ਸਾਨੂੰ ਇਹਨਾਂ ਗੱਲਾਂ 'ਚ ਪੈਣ ਦੀ ਬਜਾਏ ਸਿਸਟਮ ਨੂੰ ਸੁਧਾਰ ਕਰਨਾ ਚਾਹੀਦਾ, ਔਰ ਸਿਸਟਮ ਸੁਧਾਰ ਕੇ ਇਹੋ ਜਿਹਾ ਅੱਗੇ ਨੂੰ ਨਾ ਹੋਵੇ। ਇਹ ਨਾ ਹੋਵੇ ਵੀ ਮੈਂ ਉਹਦੇ ਬਲੇਮ ਲਾ ਰਿਹਾ, ਮੇਰੇ 'ਤੇ ਬਲੇਮ ਲਾ ਰਿਹਾ, ਉਹਦੀ ਪਾਰਟੀ ਉਹਤੇ ਲਾ ਰਹੀ, ਦੂਜੀ ਪਾਰਟੀ ਉਹਤੇ ਲਾਏ, ਇਹ ਗੱਲ ਨਹੀਂ ਹੋਣੀ ਚਾਹੀਦੀ। ਸੁਧਾਰ ਕਰਨਾ ਚਾਹੀਦਾ। ਬਤੌਰ ਸਰਕਾਰ ਦੇ ਨੁਮਾਇੰਦੇ ਤੁਸੀਂ ਇੱਥੇ ਬੈਠੇ ਹੋ, ਕੀ ਸੁਦੇਵ ਸਿੰਘ ਰੋਪੜ ਨੂੰ ਲੱਗਦਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲੇਗਾ? ਇਹਨਾਂ ਦੇ ਬੱਚੇ ਜਿਹੜੇ 3 ਬੱਚੇ ਹੈਗੇ ਆ, ਉਹ ਸਮਾਜ ਦੇ ਵਿੱਚ ਸਿਰ ਚੁੱਕ ਕੇ ਕਹਿ ਸਕਣਗੇ ਜੇ ਮੇਰੇ ਪਿਓ ਨੂੰ ਮਾਰਿਆ ਗਿਆ ਤਾਂ ਉਹਦਾ ਇਨਸਾਫ ਸਾਨੂੰ ਮਿਲਿਆ? ਬਿਲਕੁਲ ਮਿਲੇਗਾ। ਮੈਂ ਉੱਥੋਂ ਇੱਕ ਗੱਲ ਦੱਸਦਾ, ਮੈਂ ਸਰਕਾਰ ਦੇ ਨਾਲ ਨਾਲ ਮੈਂ ਉਹਨਾਂ ਜਨਤਕ ਜਥੇਬੰਦੀਆਂ 'ਤੇ ਵੀ ਵਿਸ਼ਵਾਸ ਕਰਦਾ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਇਹ ਮੁੱਦਾ ਚੁੱਕਿਆ, ਔਰ ਉਹ ਜਨਤਕ ਜਥੇਬੰਦੀਆਂ ਵੀ ਇਸ ਗੱਲ 'ਤੇ ਪਹਿਰਾ ਦੇਣਗੀਆਂ, ਸਰਕਾਰ ਦੇ ਤੌਰ 'ਤੇ ਵੀ ਅਸੀਂ ਪਹਿਰਾ ਦੇਵਾਂਗੇ, ਮੈਂ ਇਸ ਗੱਲ ਦਾ ਤੁਹਾਨੂੰ ਬਿਲਕੁਲ ਵਿਸ਼ਵਾਸ ਦਵਾਂਗਾ। ਚਲੋ, ਬਹੁਤ ਧੰਨਵਾਦ ਸੁਦੇਸ਼ ਸਿੰਘ ਰੋਪੜ, ਮੇਰੇ ਕੋਲ ਵਕਤ ਨਹੀਂ ਹੈ। ਧਾਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕੈਂਤ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪ੍ਰਸਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਬਹੁਤ ਅਹਿਮ ਪੁਆਇੰਟ ਹੈ ਜਿਹੜੇ ਸਟੂ ਦਾ ਪੁਆਇੰਟ ਵਿੱਚ ਆਏ ਹੈਗੇ ਆ, ਪਰ ਸਵਾਲ ਬਹੁਤ ਸਾਰੇ ਬਾਕੀ ਹੈਗੇ ਆ। 3 ਮਹੀਨੇ ਜੇ ਇੱਕ ਲਿਮਿਟ ਰੱਖੀ ਗਈ ਹੈਗੀ ਹੈ ਇਨਸਾਫ ਦਿਵਾਉਣਾ ਹੈਗਾ, ਉਸ ਤੋਂ ਬਾਅਦ ਜੇ ਟਾਈਮ ਵੱਧਦਾ ਹੈਗਾ, ਉਸ ਦੇ ਬਾਵਜੂਦ ਵੀ ਆ ਜਿਹੜੇ ਨੇ ਕੁਤਾਹੀ ਵਰਤੀ ਹੈਗੀ ਆ, ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਬਹੁਤ ਸਾਰੇ ਸਵਾਲ ਆ ਜਿਹੜੇ ਪੁੱਛੇ ਜਾਣ ਕੇ, ਅਤੇ ਮੈਂ ਡਿਬੇਟ ਵਾਪਸ ਲੈ ਕੇ ਆਊਂਗਾ, ਜ਼ਰੂਰ ਪੁੱਛੂੰਗਾ ਸਵਾਲ ਜ਼ਰੂਰ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਾਂਗੇ। ਜਿਹੜੇ ਸਮਾਜ ਸੁਧਾਰਾਂ ਦੀ ਗੱਲ ਇੱਥੇ ਹੋ ਰਹੀ ਹੈਗੀ ਆ, ਉਹ ਸਮਾਜਿਕ ਸੁਧਾਰਾਂ ਦੇ ਵਿੱਚ ਅਸੀਂ ਤੁਸੀਂ ਸਾਰਿਆਂ ਨੇ ਰਲ ਕੇ ਯੋਗਦਾਨ ਪਾਉਣਾ ਹੈਗਾ, ਤਾਂ ਹੀ ਅਸੀਂ ਕੁਛ ਬਿਹਤਰ ਸਮਾਜ ਸਿਰ ਸਕਦੇ ਹਾਂ। ਪਰ ਜੇ ਇਕੱਲੇ ਸਵਾਲ ਆ ਜਿਹੜੇ ਅਸੀਂ ਨਹੀਂ ਪੁੱਛਾਂਗੇ, ਜੇ ਸਵਾਲਾਂ ਦੇ ਵਿੱਚ ਅਸੀਂ ਚੁੱਕ ਜਾਵਾਂਗੇ, ਫਿਰ ਇਹ ਸਰਕਾਰਾਂ ਜਾਂ ਇਹ ਜਿਹੜੀ ਸਿਆਸੀ ਪੁਸ਼ਤ ਬਣਾਈ ਹੈਗੀ ਹੈ, ਸਾਡੇ ਸਵਾਲਾਂ ਨੂੰ ਕੁੱਟਣ ਦੇ ਵਿੱਚ, ਸਾਡੇ ਸਵਾਲਾਂ ਦਾ ਦਮ ਕੁੱਟਣ ਦੇ ਵਿੱਚ ਹਮੇਸ਼ਾ ਜਿੱਤ ਜਾਵੇਗੀ। ਜੇ ਤੁਸੀਂ ਚਾਹੁੰਦੇ ਹੋ ਕਿ ਬਰਾਬਰਤਾ ਦਾ ਸਮਾਜ ਸਿਰਜਿਆ ਜਾਵੇ, ਜਿਹੜਾ ਬਾਬਾ ਨਾਨਕ ਨੇ ਸੋਚਿਆ ਸੀਗਾ, ਫਿਰ ਅੱਜ ਤੋਂ ਹੀ ਲੋਕ ਲਹਿਰ ਦਾ ਸੱਦਾ ਦੇਣਾ ਸ਼ੁਰੂ ਕਰ ਦਿਉ। ਲੋਕ ਲਹਿਰ ਖੜੀ ਹੋਵੇਗੀ, ਤਾਂ ਹੀ ਸਰਕਾਰਾਂ ਨੂੰ ਪਤਾ ਲੱਗੇਗਾ ਇਨਸਾਫ ਲਈਦਾ ਕਿਵੇਂ। ਬਹੁਤ ਧੰਨਵਾਦ।